ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਨਹੀਂ ਆਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਰ ਵਾਰੀ ਗੁਰੂ ਚੇਤਾ ਆ ਜਾਂਦਾ ਤੇ ਮਹਾਰਾਜ ਨੇ ਕਿਹਾ ਇੱਕ ਬਾਰ ਜਿਨ ਤੁਵੇਂ ਸਵਾਰਾ ਕਾਲ ਫਾਂਸ ਤੇ ਤਾਂ ਉਬਾਰਾ। ਫਤਿਹ ਬੁਲਾਇਆ ਚਾਰ ਵਾਰੀ ਚੇਤਾ ਆ ਜਾਂਦਾ। ਸੋ ਬੇਨਤੀ ਕਰਾਂ ਥੋੜਾ ਥੋੜਾ ਅੱਗੇ ਆ ਜਾਓ ਜਾਂ ਅੱਖੇ ਲਾ ਜਾਓ, ਮੇਰੀ ਮਿੰਨਤ ਮੰਨ ਲਓ। ਥੋੜਾ ਥੋੜਾ ਸਾਰੇ ਅੱਗੇ ਤੁਸੀਂ ਵੀ ਇੱਧਰ ਆ ਜਾਓ ਥੋੜੇ ਜਿਹੇ ਉੱਠ ਕੇ। ਥੋੜਾ ਆਪਾਂ ਨੂੰ ਚੰਗਾ ਜਿਹਾ ਲੱਗਦਾ ਵੀ ਆਪਾਂ ਕਲਾਸ ਲਾਉਣੀ ਆ, ਜਿੱਦਾਂ ਆਪਾਂ ਉਦਾਂ ਆਪਾਂ ਕੁਛ ਵਿਚਾਰ ਕਰਨੀ ਹੈ। ਬੋਲੋ ਵਾਹਿਗੁਰੂ। ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਮੈਂ ਕੋਈ ਵਿਦਵਾਨ ਨਹੀਂ ਹੈ, ਭਾਈ ਸਾਹਿਬ ਕਹਿ ਰਹੇ ਗਿਆਨੀ, ਮੈਂ ਤਾਂ ਗਿਆਨੀ ਦਾ ਅਰਥ ਕਰਦਾ ਵੀ ਗਿਆ ਨਹੀਂ, ਜਿੱਥੇ ਜਾਣਾ ਸੀ ਉੱਥੇ ਅਜੇ ਪਹੁੰਚਿਆ ਹੀ ਨਹੀਂ। ਤੇ ਮੈਂ ਉਹ ਆ ਗਿਆਨੀ ਜਿਹੜਾ ਜੇ ਗਿਆ ਨਹੀਂ, ਜਾਣਾ ਆ ਅਜੇ, ਕੋਸ਼ਿਸ਼ ਕਰ ਰਿਹਾ ਕਿਤੇ ਨਾ ਕਿਤੇ ਪਹੁੰਚ ਜਾਈਏ ਜੀਵਨ ਵਿੱਚ। ਬੋਲੋ ਵਾਹਿਗੁਰੂ। ਜਨਮ ਮਿਲਿਆ ਹੈ ਨਾ, ਜਨਮ ਮਿਲਿਆ ਹੈ ਨਾ ਤੇ ਸਮਝੋ ਇਹਨੂੰ। ਬੋਲੋ ਵਾਹਿਗੁਰੂ। ਇਹ ਮਨੁੱਖਾ ਜਨਮ ਮਿਲਿਆ ਨਾ, ਇਹਨੂੰ ਸਮਝੋ, ਬੜਾ ਕੀਮਤੀ ਜੇ, ਬਹੁਤ ਕੀਮਤੀ ਏ। ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਵਨ ਫਲ ਪਾਕੇ ਭੋਏ ਗਿਰੇ, ਬਹੁਰ ਨਾ ਲਾਗੇ ਡਾਰ। ਇੱਕ ਵਾਰ ਹੱਥੋਂ ਚਲਾ ਗਿਆ, ਦੁਬਾਰਾ ਨਹੀਂ ਮਿਲਣਾ। ਫਿਰ ਇਹ ਅਵਸਰ ਚਰੇ ਨਾ ਹਾਥਾ, ਨਾਮ ਜਪੀਏ ਤੋ ਕੱਟੀਏ ਫਾਸਾ, ਦੁਬਾਰਾ ਨਹੀਂ ਮਿਲਣਾ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਕੱਲ ਆਪਾਂ ਵਿਚਾਰ ਕਰ ਰਹੇ ਸੀ ਨਾ ਵੀ ਨਾਮ ਕਿੱਥੋਂ ਮਿਲਦਾ। ਨਾਮ ਤਾਂ ਹੈ ਵਾਹਿਗੁਰੂ, ਗੁਰਮੰਤਰ ਹੈ ਵਾਹਿਗੁਰੂ। ਬਾਣੀ ਚ ਹੁਕਮ ਹੈ ਗੁਰਮੰਤਰੜਾ ਚਿਤਾਰ, ਨਾਨਕ ਦੁੱਖ ਨਾ ਥੀ ਵਈ। ਦੁੱਖ ਨਹੀਂ ਲੱਗੇਗਾ ਜੇ ਗੁਰਮੰਤਰ ਚੇਤਾ ਕਰੇਗਾ ਤੇ, ਦੁੱਖ ਨਹੀਂ ਲੱਗੇਗਾ। ਦੁੱਖ ਕਿਉਂ ਲੱਗੇ ਨੇ? ਜਪਿਆ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸੰਸਾਰ ਦੇ ਦੁੱਖਾਂ ਦਾ ਕਾਰਨ ਦੱਸਿਆ ਗੁਰਬਾਣੀ ਚ, ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੈ। ਹਰ ਕੇ ਨਾਮ ਬਿਨਾ, ਨਾਮ ਨਹੀਂ ਜਪਿਆ ਤਾਂ ਸੰਸਾਰ ਦੁਖੀ ਏ, ਤੇ ਜੇ ਸੁਖੀ ਹੋਣਾ ਫਿਰ ਕਿਵੇਂ ਹੋਣਾ? ਜਪ ਮਨ ਨਾਮ ਹਰੀ ਹੋਏ ਸਰਬ ਸੁਖੀ। ਹੇ ਮੇਰੇ ਮਨਾ, ਵਾਹਿਗੁਰੂ ਜੀ ਦਾ ਨਾਮ ਜਪ ਸਾਰੇ ਪਾਸਿਓਂ ਸੁਖ ਮਿਲੇਗਾ। ਬੋਲੋ ਵਾਹਿਗੁਰੂ, ਵਾਹਿਗੁਰੂ। ਸਿਮਰ ਸਿਮਰ ਸਦਾ ਸੁਖ ਪਾਈਏ ਜੀਵਨੇ ਕਾ ਮੂਲ। ਸਿਮਰ ਸਿਮਰ ਸਦਾ ਸੁਖ ਪਾਈਏ। ਬੋਲੋ ਸਿਮਰ ਸਿਮਰ, ਸਿਮਰ ਸਿਮਰ, ਪਹਿਲਾਂ ਕਹੋ ਸਿਮਰ ਸਿਮਰ ਸਦਾ ਸੁਖ ਪਾਈਏ। ਤੁਹਾਨੂੰ ਕੋਈ ਦੁਨੀਆਂ ਦੀ ਚੀਜ਼ ਸਦਾ ਸੁਖ ਦੇ ਸਕਦੀ ਏ? ਕੋਈ ਧੀ, ਕੋਈ ਪੁੱਤਰ, ਕੋਈ ਕਾਰ, ਕੋਈ ਕੋਠੀ, ਕੋਈ ਪੈਸਾ ਸਦਾ ਲਈ ਸੁਖ ਦੇ ਸਕਦਾ? ਥੋੜੇ ਸਮੇਂ ਲਈ ਤਾਂ ਕੋਈ ਸੁਖ ਦੇ ਸਕਦਾ, ਪਰ ਸਦਾ ਲਈ ਕੋਈ ਸੁਖ ਨਹੀਂ ਦੇ ਸਕਦਾ, ਕਿਉਂਕਿ ਸਦਾ ਕਿਸੇ ਨੇ ਨਾਲ ਰਹਿਣਾ ਹੀ ਨਹੀਂ। ਬੋਲੋ ਵਾਹਿਗੁਰੂ। ਸਦਾ ਸਾਥ ਨਹੀਂ ਮਿਲਦਾ, ਸਦਾ ਸਾਥ ਕੇਵਲ ਵਾਹਿਗੁਰੂ ਦਾ ਮਿਲਦਾ ਹੈ। ਜੇ ਸਦਾ ਸੁਖ ਚਾਹੀਦਾ ਤੇ ਸਦਾ ਹੀ ਜਪਣਾ ਪੈਣਾ। ਵਾਹਿਗੁਰੂ, ਵਾਹਿਗੁਰੂ, ਆਪ ਨੂੰ ਹੀ ਜਪਣਾ ਪੈਣਾ, ਕਿਸੇ ਨੇ ਕੁਛ ਨਹੀਂ ਕਰਨਾ। ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ, ਐਵੇਂ ਨਾ ਦੌੜੇ ਫਿਰੋ, ਆਪ ਨੂੰ ਹੀ ਕਰਨਾ ਪੈਣਾ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਆ ਦੁਨੀਆਂ ਦਾ ਧੰਨ ਆ ਨਾ, ਦੇਖੋ ਜੇਬ ਕਿਹੜੇ ਪਾਸੇ ਲਾਈ ਸਿਆਣਿਆਂ ਨੇ, ਦਿਲ ਦੇ ਨਾਲ। 10 ਰੁਪਏ ਡਿੱਗ ਜਾਣ, ਹਾਜ ਨਿਕਲ ਜਾਂਦੀ ਨਾਲ ਹੀ। ਸੱਚਾ ਧੰਨ ਤੁਹਾਨੂੰ ਕੌਣ ਦੇ ਦੇਗਾ? ਕੋਈ ਕਮਾਈ ਕਰਕੇ ਤੁਹਾਨੂੰ ਕੌਣ ਦੇ ਦੇਗਾ? ਐਵੇਂ ਤਰਲੇ ਕਰਦੇ ਫਿਰਦੇ ਹੋ, ਐਵੇਂ ਤੁਰੇ ਫਿਰਦੇ ਹੋ। ਆਪ ਬੈਠੋ, ਹਿਰਦੇ ਨਾਮ ਵਸਾਇਓ, ਘਰ ਬੈਠੇ, ਘਰ ਬੈਠੇ, ਇੱਥੇ ਹਿਰਦੇ ਰੂਪੀ ਘਰ ਵਿੱਚ ਘਰ ਬੈਠੇ ਗੁਰੂ ਤੇ ਆਇਓ। ਵਾਹਿਗੁਰੂ, 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 ਵਾਹਿਗੁਰੂ। ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਸਾਰੇ ਬੋਲੋ, ਨਾਮ ਅਮੋਲਕ ਰਤਨ ਹੈ। ਚੇਤਾ ਰੱਖਿਓ ਪੂਰੇ ਗੁਰੂ ਕੋਲ ਹੈ, ਕਿਸੇ ਬੰਦੇ ਕੋਲ ਨਹੀਂ ਦਿੱਤੀ। ਦਾਤੇ ਦਾਤ ਰੱਖੀ ਹੱਥ ਆਪਣੇ, ਦਾਤੇ ਦਾਤ ਰੱਖੀ। ਜਿਹੜਾ ਕੋਈ ਬੰਦਾ ਕਹੇਗਾ ਨਾ ਮੈਂ ਤੁਹਾਨੂੰ ਨਾਮ ਦੇ ਦਿੰਦਾ, ਉਹਨੂੰ ਪੜ੍ਹ ਕੇ ਸੁਣਾ ਦਿਓ, ਦਾਤੇ ਦਾਤ ਰੱਖੀ ਹੱਥ ਆਪਣੇ। ਦਾਤਾ ਦਾਤੇ ਦੇ ਹੱਥ ਚ, ਤੂੰ ਕਿੱਥੋਂ ਦੇ ਦੇਗਾ? ਬੋਲੋ ਵਾਹਿਗੁਰੂ। ਦਾਤਾ ਦਾਤੇ ਕੋਲ, ਦਾਤੇ ਕੋਲੋਂ ਹੀ ਲੈਣੇ ਪਏਗੀ। ਕਦੀ ਆ ਕੇ ਇਹਨੂੰ ਆਖਿਆ ਹਰ ਜੀਓ ਕਿਰਪਾ ਕਰੋ ਤੂੰ ਪਿਆਰੇ, ਹਰ ਜੀਓ
ਕਿਰਪਾ ਕਰੋ ਤੁਮ ਪਿਆਰੇ। ਕੀ ਕਿਰਪਾ ਕਰਨ ਜੀ, ਤੁਸੀਂ ਆਉਂਦੇ ਹੋ ਮੱਥਾ ਟੇਕਦੇ ਹੋ ਨਾ, ਸਤਿਗੁਰ ਆਇਓ ਸ਼ਰਨ ਤੁਹਾਰੀ ਕਹਿੰਦੇ ਹੋ ਨਾ, ਸਤਿਗੁਰ ਆਇਓ। ਬਹੁਤੇ ਤਾਂ ਕਹਿੰਦੇ ਹੀ ਨਹੀਂ, ਮੱਥਾ ਹੀ ਟੇਕਦੇ ਨੇ, ਪੈਸੇ ਪਾਉਂਦੇ ਨੇ, ਚਲੇ ਜਾਂਦੇ ਨੇ, ਗੱਲ ਤਾਂ ਕਰਦੇ ਹੀ ਨਹੀਂ ਉਹਦੇ ਨਾਲ। ਬੋਲੋ ਵਾਹਿਗੁਰੂ, ਹੈ ਨਹੀਂ ਕਰਦੇ ਗੱਲ ਅਸੀਂ। ਬੋਲੋ ਵਾਹਿਗੁਰੂ, ਮੱਥਾ ਟੇਕਣ ਆਉਂਦੇ ਹਾਂ, ਮੱਥਾ ਟੇਕ ਕੇ ਚਲੇ ਜਾਂਦੇ ਹਾਂ, ਗੱਲ ਨਹੀਂ ਕਰਦੇ ਉਹਦੇ ਨਾਲ। ਤੁਹਾਡਾ ਬੱਚਾ 2 ਮਹੀਨੇ 6 ਮਹੀਨੇ ਘਰ ਆਵੇ, ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਕੇ, ਫਤਿਹ ਬੁਲਾ ਕੇ ਆਪਣੇ ਕਮਰੇ ਚਲਾ ਜਾਵੇ, ਤੁਹਾਡੇ ਨਾਲ ਕੋਈ ਗੱਲ ਨਾ ਕਰੇ, ਤੁਹਾਨੂੰ ਕਿੱਦਾਂ ਲੱਗੇਗਾ? ਹਾਂਜੀ ਬੋਲੋ ਨਾ, ਥੋੜਾ ਜਿਹਾ ਰਿਸਪੋਂਸ ਦਿਓ। ਤੁਹਾਡਾ ਬੱਚਾ ਤੁਹਾਨੂੰ 6 ਮਹੀਨੇ ਬੁਲਾਵੇ ਨਾ, ਸਿਰਫ ਫਤਿਹ ਬੁਲਾਵੇ, ਮੱਥਾ ਟੇਕੇ ਤੇ ਆਪਣੇ ਕਮਰੇ ਚਲ ਜਾਏ, ਤੁਹਾਨੂੰ ਚੰਗਾ ਲੱਗੇਗਾ? ਇਹਨੂੰ ਚੰਗਾ ਲੱਗਦਾ ਤੁਸੀਂ ਗੱਲ ਹੀ ਨਹੀਂ ਕਰਦੇ, ਮੱਥਾ ਟੇਕ ਕੇ ਚਲੇ ਜਾਂਦੇ ਹੋ? ਤੁਸੀਂ ਤਾਂ ਕੱਲੀ ਮਾਂ ਹੋ, ਕੱਲਾ ਪਿਓ, ਇਹ ਤਾਂ ਦੋਵੇਂ ਹੀ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ, ਇਹਦੇ ਕੋਲ ਤਾਂ ਦੋਵਾਂ ਦਾ ਪਿਆਰ ਮਿਲਦਾ, ਪਿਓ ਦਾ ਵੀ, ਮਾਤਾ ਦਾ ਵੀ, ਭੈਣ ਦਾ ਵੀ, ਭਰਾ ਦਾ ਵੀ, ਸਾਕੇ ਸੰਬੰਧੀਆਂ ਦਾ ਵੀ। ਇਹਨੂੰ ਕਦੀ ਬੁਲਾਇਆ ਨਹੀਂ ਅਸੀਂ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਹਰ ਜੀਉ ਕਿਰਪਾ ਕਰੋ ਤੁਮ ਪਿਆਰੇ, ਹਰ ਜੀਉ ਕਿਰਪਾ ਕਰੋ। ਉਹ ਪੁੱਛੇਗਾ ਕੀ ਕਿਰਪਾ ਕਰਾਂ? ਤੁਸੀਂ ਕਹਿਣਾ ਜੀ ਮੇਰਾ ਕਾਰੋਬਾਰ ਵਧਾ ਦਿਓ, ਤੁਸੀਂ ਕਹਿਣਾ ਗੁਆਂਢੀਆਂ ਦਾ ਘਰ ਮੈਨੂੰ ਦੇ ਦਿਓ, ਮੇਰਾ ਘਰ ਛੋਟਾ ਏ ਤੇ ਗੁਆਂਢੀ ਭਾਵੇਂ ਜਿੱਥੇ ਮਰਜ਼ੀ ਚੱਲ ਜਾਣ, ਇਹ ਗੁਆਂਢੀਆਂ ਵਾਲਾ ਪਲਾਟ ਮੈਨੂੰ ਮਿਲ ਜਾਣਾ ਚਾਹੀਦਾ, ਇੱਦਾਂ ਹੀ ਹੈ ਨਾ? ਵਾਹਿਗੁਰੂ, ਵਾਹਿਗੁਰੂ। ਇਹ ਗੁਆਂਢੀਆਂ ਦੀ ਜਿਹੜੀ ਜ਼ਮੀਨ ਹੈ ਨਾ, ਇਹ ਆਪਾਂ ਨੇ ਹੁਣ ਖਰੀਦ ਲੈਣੀ ਹੈ, ਆਪਾਂ ਕੈਨੇਡਾ ਆ ਗਏ ਹਾਂ, ਆਪਾਂ ਕੋਲ ਬਹੁਤ ਪੈਸੇ ਹੋ ਗਏ ਨੇ, ਹੁਣ ਇਹ ਗੁਆਂਢੀ ਭਾਵੇਂ ਜਿੱਥੇ ਮਰਜ਼ੀ ਜਾਏ, ਭਾਵੇਂ ਭੁੱਖਾ ਮਰੇ, ਆਪਾਂ ਇਹਦੀ ਜ਼ਮੀਨ ਲੈ ਲੈਣੀ, ਜਿੰਨੇ ਮਰਜ਼ੀ ਪੈਸੇ ਦੇ ਦਿਓ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਹਰ ਜੀਓ ਕਿਰਪਾ। ਇਹ ਕਿਰਪਾ ਨਹੀਂ ਹੈ, ਬਹੁਤ ਪੈਸੇ ਹੋ ਗਏ ਨੇ, ਉਹ ਤਾਂ ਮਾਇਆ ਥਾਰੀ ਹੋ ਗਿਆ। ਜਦੋਂ ਪੈਸੇ ਨਹੀਂ ਸੀ ਨਾ, ਕਦੋਂ ਕੋਲ ਗੱਡੀ ਨਹੀਂ ਸੀ, ਗੁਰੂ ਕੋਲੋਂ ਗੱਡੀ ਮੰਗ ਕੇ ਲਈ। ਬੋਲੋ ਵਾਹਿਗੁਰੂ। ਤੇ ਜਦੋਂ ਗੱਡੀ ਮਿਲ ਗਈ ਨਾ, ਫਿਰ ਸ਼ਰਾਬ ਦੀ ਪੇਟੀ ਗੱਡੀ ਚ ਰੱਖੀ ਤੇ ਘਰ ਲੈ ਗਿਆ। ਜਦੋਂ ਕੋਠੀਆਂ ਨਹੀਂ ਸਨ, ਜੰਗਲਾਂ ਚ ਸੀ ਅਸੀਂ, ਘਾਹ ਪੱਤੇ ਖਾਂਦੇ ਸੀ, ਘਾਹ ਪੱਤੇ ਖਾ ਕੇ ਗੁਜ਼ਾਰਾ ਕਰ ਲੈਂਦੇ ਸੀ ਤੇ ਘੋੜੀਆਂ ਦੀਆਂ ਕਾਠੀਆਂ ਤੇ ਸੌਂਦੇ ਸੀ, ਉਦੋਂ ਸੁਖੀ ਸੀ। ਕੋਠੀਆਂ ਮਿਲੀਆਂ ਤੇ ਘਰ ਵਿੱਚ ਬਾਰ ਬਣ ਗਈ ਸਿੱਖ ਦੇ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਮਾਇਆ ਮਮਤਾ ਮੋਹਣੀ, ਜਿਣ ਵਿਣ ਦੰਤਾਂ ਜੱਗ ਖਾਇਆ, ਬਿਨਾਂ ਦੰਦਾ ਤੂੰ ਖਾ ਗਈ, ਪਤਾ ਵੀ ਨਾ ਲੱਗਿਆ ਕਿਹੜੇ ਵੇਲੇ ਖਾ ਗਈ, ਸਾਰਾ ਜੀਵਨ ਹੀ ਖਾ ਗਈ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਵੇਖੋ ਅਸੀਂ ਸੱਚੀ ਮੁੱਚੀ ਕੀ, ਅਸੀਂ ਸੱਚੀ ਮੁੱਚੀ ਗੁਰੂ ਦੇ ਸਿੱਖ ਰਹਿ ਗਏ ਹਾਂ। ਆਪਣੇ ਅੰਦਰ ਝਾਤੀ ਮਾਰੀਏ, ਇਹ ਸਿੱਖਾਂ ਦਾ ਕਰਮ ਆ, ਪੈਲਸ ਬੁੱਕ ਕਰਾਉਣੇ, ਉੱਥੇ ਸ਼ਰਾਬਾਂ ਪੀਣੀਆਂ, ਉੱਥੇ ਮਾਸ ਮੁਰਗੇ ਖਾਣੇ, ਭੰਗੜੇ ਪਾਣੇ, ਆਪਣੀਆਂ ਹੀ ਧੀਆਂ ਭੈਣਾਂ ਦਾ ਹੱਥ ਫੜ ਕੇ ਨੱਚਣਾ, ਗੰਦੇ ਗਾਣੇ ਲਾ ਕੇ ਸੁਣਨੇ, ਕਿ ਇਹ ਸਿੱਖੀ ਗੁਰੂ ਨਾਨਕ ਸਾਹਿਬ ਨੇ ਸਿਖਾਈ ਸੀ? ਕੌਣ ਦੱਸੇਗਾ ਤੁਹਾਨੂੰ ਆ ਕੇ? ਬੋਲੋ ਵਾਹਿਗੁਰੂ, ਕਿ ਇਹ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਏ? ਸਾਡੀਆਂ ਧੀਆਂ ਭੈਣਾਂ ਤੇ ਕੋਈ ਗਾਣੇ ਲਿਖੇ, ਗੰਦੇ ਗੀਤ ਲਿਖੇ ਤੇ ਅਸੀਂ ਟੈਲੀਵਿਜ਼ਨ ਲਾ ਕੇ ਉਹਨਾਂ ਨੂੰ ਸੁਣੀਏ, ਤੇ ਗੁਰੂ ਕਹੇ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਹੇ ਵਾਹਿਗੁਰੂ, ਇਹ ਵਿਅਰਥ ਦੇ ਬੋਲ ਮੇਰੇ ਕੰਨਾਂ ਚ ਨਾ ਪਾਈ, ਜੇ ਪਾਉਣੇ ਨੇ ਤੇ ਪਾਉਣ ਤੋਂ ਪਹਿਲਾਂ ਮੇਰੇ ਕੰਨ ਬੋਲੇ ਕਰ ਦੇ, ਇਹਨਾਂ ਚ ਸਿੱਕਾ ਢਾਲ ਕੇ ਪਾ ਦਿਓ, ਜੇ ਵਾਹਿਗੁਰੂ ਦਾ ਨਾਦ ਨਹੀਂ ਸੁਣਦੇ ਤੇ
ਕਰਨਾ ਸੁਣੀ ਨਾਦ ਕਰਨ ਮੁੰਦ ਘਾਲਿਆ ਰਸਨਾ ਜਪਿਨਾ ਨਾਮ ਤਿਲ ਤਿਲ ਕਰ ਕੱਟੀਏ ਹਰ ਹਾਂ ਜਾਂ ਬਿਸਰੇ ਗੋਬਿੰਦ ਰਾਏ ਦਿਨੋ ਦਿਨ ਘਟੀਏ ਗੰਧਨ ਵੈਨ ਸੁਰੇ ਸੁਣੇ ਉਰਝਾਵੇ ਸੱਤ ਸੁਣ ਸੁਹਾਇਆ ਗੰਦੇ ਗੀਤ ਸੁਣਦਾ ਟੂਟੀਆਂ ਲਾ ਕੇ ਕੰਨਾਂ ਨੂੰ ਸੱਚੀ ਬਾਣੀ ਸੁਣਨ ਲੱਗਿਆ ਔਖੀ ਲੱਗਦੀ ਹੈ ਬੋਲੋ ਵਾਹਿਗੁਰੂ 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 ਸਿਰਾਂ ਤੋਂ ਕੇਸ ਉਤਰ ਗਏ ਕੰਨਾਂ ਚ ਮੁੰਦੀਆਂ ਪੈ ਗਈਆਂ ਬੀਬੀਆਂ ਵੀ ਪਿੱਛੇ ਨਾ ਰਹੀਆਂ ਸਿੱਖਾਂ ਦੀਆਂ ਬੀਬੀਆਂ ਨੇ ਵੀ ਕੇਸ ਕੱਟ ਲਏ ਭਰਵੱਟੇ ਕੱਟ ਲਏ ਕੇਸ ਰੰਗ ਲਏ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਈਏ ਅਸੀਂ ਗੱਲਾਂ ਵਾਲੇ ਹੈਣ ਘਨੇਰੇ ਲੱਖ ਨਾ ਸਕੇ ਕੋਈ ਬੋਲੋ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਈ ਗੱਲਾਂ ਨਾਲ ਥੋੜੀ ਰੱਬ ਮਿਲਣਾ ਬੋਲੋ ਵਾਹਿਗੁਰੂ 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 ਆਖੋ ਇਹਨੂੰ ਆਖਿਆ ਕਰੋ ਸੱਚੇ ਪਾਤਸ਼ਾਹ ਰੁਲ ਗਏ ਹਾਂ ਮਹਾਰਾਜ ਰੁਲ ਗਏ ਹਾਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਇੱਕ ਇੰਚ ਜਗ੍ਹਾ ਨੀ ਸੰਸਾਰ ਤੇ ਸਾਡੀ ਬੋਲੋ ਵਾਹਿਗੁਰੂ 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 ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਹੁਣ ਇਹ ਨਾ ਆਖਿਓ ਗੁਆਂਢੀਆਂ ਦਾ ਪਲਾਟ ਸਾਨੂੰ ਲੈ ਦੇ ਨਾ ਮੰਗਿਓ ਤੁਸੀਂ ਜੋ ਮੰਗਦੇ ਹੋ ਉਹੀ ਮਿਲਦਾ ਜੋ ਮੰਗੇ ਠਾਕੁਰ ਆਪਣੇ ਤੇ ਅਸੀਂ ਖੁਸ਼ ਹੁੰਦੇ ਹਾਂ ਜਦੋਂ ਇਹ ਸ਼ਬਦ ਪੜ੍ਹਦਾ ਨਾ ਕਿਤੇ ਗ੍ਰੰਥੀ ਪੜ੍ਹ ਦੇਵੇ ਸਾਡੇ ਘਰ ਆ ਕੇ ਤੇ ਜਾਂ ਅਸੀਂ ਸਿਫਾਰਸ਼ ਨਾਲ ਵੀ ਪੜ੍ਹਾਉਂਦੇ ਹਾਂ ਕਿਤੇ ਸਾਡੇ ਘਰ ਕੋਈ ਫੰਕਸ਼ਨ ਹੋਵੇ ਨਾ ਤੇ ਆਪਾਂ ਗ੍ਰੰਥੀ ਨੂੰ ਕਹਿੰਦੇ ਹਾਂ ਇਹ ਸ਼ਬਦ ਜ਼ਰੂਰ ਪੜ੍ਹੀ ਫਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ ਹਾਰੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਬੜੇ ਖੁਸ਼ ਹੁੰਦੇ ਹਾਂ ਜੋ ਮੰਗੇ ਖਿਆਲ ਰੱਖੋ ਜੋ ਮੰਗੇ ਬੋਲੋ ਬੜੀ ਡੂੰਗੀ ਗੱਲ ਆ ਜੋ ਮੰਗੇ ਤੂੰ ਜੋ ਮੰਗੇਗਾ ਉਹੀ ਮਿਲਣਾ ਏ ਤੇ ਤੂੰ ਮੰਗਿਆ ਕੀ ਏ ਦੁੱਖ ਬੋਲੋ ਵਾਹਿਗੁਰੂ ਕਾਰ ਮੰਗੀ ਸੁੱਖ ਏ ਕਿ ਦੁੱਖ ਮਾਇਆ ਮੰਗੀ ਸੁੱਖ ਏ ਕਿ ਦੁੱਖ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤੇ ਸੀ ਕੋ ਫਿਰ ਖਾਏ ਨਾਗਨੀ ਮੰਗ ਲਈ ਸੁੱਖੇ ਬੋਲੋ ਨਾ ਥੋੜਾ ਥੋੜਾ ਤੇਈ ਪੁੱਤਰ ਸੁੱਖੇ ਜੇ ਸੁੱਖ ਹੁੰਦਾ ਤੇ ਬੁੱਢੇ ਬੁੱਢੀ ਨੂੰ ਘਰੋਂ ਕਿਉਂ ਕੱਢ ਦਿੰਦਾ ਬੋਲੋ ਵਾਹਿਗੁਰੂ ਵਾਹਿਗੁਰੂ ਤੂੰ ਮੰਗਿਆ ਹੀ ਖੜਾ ਹੋ ਕੇ ਗੁਰੂ ਕੋਲੋਂ ਦੁੱਖ ਏ ਸਿੱਖਾ ਆ ਜਿਹੜੀ ਏਡੀ ਲੰਬੀ ਲਿਸਟ ਪੜ੍ਹਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜੇ ਹੋ ਕੇ ਇਹ ਸਾਰੀ ਦੁੱਖ ਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਂ ਨੀ ਕਹਿੰਦਾ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਫਿਰ ਗੁਰੂ ਤੋਂ ਬਗੈਰ ਜੋ ਤੁਸੀਂ ਮੰਗਿਆ ਕੀ ਮੰਗਿਆ ਦੁੱਖ ਤੇ ਮਿਲਿਆ ਕੀ ਤੁਸੀਂ ਜੋ ਮੰਗਿਆ ਸੀ ਦੁੱਖ ਤੇ ਦੁੱਖ ਮਿਲਿਆ ਫਿਰ ਤੁਸੀਂ ਕਿਹਾ ਮੈਂ ਗੁਰਦੁਆਰੇ ਗਿਆ ਜਾਂਦਾ ਸੀ ਮੈਨੂੰ ਤਾਂ ਉੱਥੋਂ ਕੁਛ ਮਿਲਿਆ ਨਹੀਂ ਭਾਈ ਤੂੰ ਮੰਗਿਆ ਹੀ ਦੁੱਖ ਤੇ ਦੁੱਖ ਹੀ ਮਿਲਣਾ ਸੀ ਤੂੰ ਕਿਤੇ ਆ ਕੇ ਕਹਿੰਦਾ ਇਹਨੂੰ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਦੇ ਨਾਮ ਸੰਤੋਖੀਆ ਉਤਰੇ ਤੂੰ ਮੰਗਦਾ ਕੇ ਝੋਲੀ ਕਰਕੇ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ
ਹਰ ਜੀਉ ਕਿਰਪਾ ਕਰੋ। ਕੀ ਕਿਰਪਾ ਕਰਾਂ ਇਹ ਪੁੱਛਦਾ, ਤੁਸੀਂ ਕਹੋਗੇ ਨਾ ਮਹਾਰਾਜ ਕਿਰਪਾ ਕਰੋ, ਇਹ ਪਹਿਲਾਂ ਪੁੱਛੇਗਾ ਤੁਹਾਨੂੰ ਕੀ ਕਿਰਪਾ ਕਰਾਂ, ਤੇ ਤੁਸੀਂ ਗਲਤ ਮੰਗ ਮੰਗ ਲੈਣੀ ਹੈ। ਤੁਸੀਂ ਮੰਗਣਾ ਕਾਰੋਬਾਰ, ਤੁਸੀਂ ਮੰਗਣਾ ਧੀ, ਤੁਸੀਂ ਮੰਗਣਾ ਪੁੱਤਰ, ਤੁਸੀਂ ਮੰਗਣੀ ਕਾਰ, ਤੁਸੀਂ ਮੰਗਣੀ ਕੋਠੀ, ਉਹਦੇ ਚ ਸੁੱਖ ਨਹੀਂ ਹੈ। ਜੇ ਤੁਸੀਂ ਕਿਤੇ ਕਹਿ ਦਿੰਦੇ ਇਹਨੂੰ ਸਤਿਗੁਰ ਦਾਤਾ ਮੇਲ ਮਿਲਾਵੋ, ਸਤਿਗੁਰ ਦਾਤਾ, ਸਮਝ ਲੱਗ ਗਈ, ਇਹ ਕਿਰਪਾ ਕਰੋ, ਮੈਂ ਜਨਮਾਂ ਤੋਂ ਵਿਛੜਿਆ ਆਇਆ, ਮੈਨੂੰ ਸਤਿਗੁਰੂ ਮਿਲਾ ਦਿਓ, ਮੈਨੂੰ ਸੱਚੇ ਗੁਰੂ ਦਾ ਮਿਲਾਪ ਕਰਾ ਦਿਓ। ਕਿੰਨਿਆਂ ਕੁ ਨੇ ਮੰਗਿਆ ਆਣ ਕੇ, ਕਿਸੇ ਨੂੰ ਕਹਿ ਦਈਏ ਨਾ ਵੀ ਭਾਈ ਖੰਡੇ ਬਾਟੇ ਦੀ ਪੌਲ ਛੱਕ ਲੈ, ਅੰਮ੍ਰਿਤ ਛੱਕ ਲੈ, ਬੋਲੋ ਵਾਹਿਗੁਰੂ, ਤੇ ਉਹ ਪਤਾ ਕੀ ਕਹਿੰਦਾ, ਕਿਰਪਾ ਹੋਏਗੀ ਤੇ ਛੱਕ ਲਾਂਗੇ, ਮਹਾਰਾਜ ਕਿਰਪਾ ਕਰਨਗੇ ਤੇ ਛੱਕ ਲਾਂਗੇ। ਹਾਂ ਬੋਲੋ ਵਾਹਿਗੁਰੂ, ਕਿੱਡਾ ਵੱਡਾ ਦੋਸ਼ ਮਹਾਰਾਜ ਤੇ ਲਗਾ ਦਿੱਤਾ ਵੀ ਮਹਾਰਾਜ ਨੀ ਮੇਰੇ ਤੇ ਕਿਰਪਾ ਕਰਦਾ ਪਿਆ, ਮੈਂ ਤੇ ਤਿਆਰ ਬੈਠਾ ਵਾਂ, ਇਹ ਬੜਾ ਭੈੜਾ, ਇਹ ਨੀ ਕਿਰਪਾ ਕਰਦਾ। ਓਹੋ ਮਹਾਰਾਜ ਕਿਰਪਾ ਕਰਨਗੇ ਤੇ ਛੱਕ ਲਾਂਗਾ, ਮਹਾਰਾਜ ਕਿਰਪਾ ਕਰਨਗੇ ਤੇ ਅੰਮ੍ਰਿਤ ਵੇਲੇ ਉੱਠ ਜਾਂਗਾ, ਮਹਾਰਾਜ ਕਿਰਪਾ ਕਰਨਗੇ ਤੇ ਨਿਤਨੇਮ ਕਰ ਲਾਂਗਾ, ਇਹ ਨੀ ਕਿਰਪਾ ਕਰਦਾ, ਮੈਂ ਤੇ ਤਿਆਰ ਹਾਂ ਕਿਰਪਾ ਲੈਣ ਲਈ। ਮੈਂ ਪੁੱਛਿਆ, ਅੱਛਾ ਤੂੰ ਕਦੀ ਗਿਆ ਸੀ ਪੰਜਾਂ ਪਿਆਰਿਆਂ ਕੋਲ ਝੋਲੀ ਕਰਕੇ ਵੀ ਮੈਨੂੰ ਅੰਮ੍ਰਿਤ ਦੀ ਦਾਤ ਦੇ ਤੇ ਤੈਨੂੰ ਉਹਨਾਂ ਦਿੱਤੀ ਨਾ ਹੋਵੇ, ਮਹਾਰਾਜ ਨੀ ਕਿਰਪਾ ਕਰਦਾ ਕਿ ਤੂੰ ਹੀ ਨੀ ਜਾਂਦਾ ਪਿਆ। ਸੂਰਜ ਚੜਿਆ ਏ, ਤੂੰ ਬਾਰੀਆਂ ਬੂਹੇ ਬੰਦ ਕਰ ਲਏ ਨੇ ਤੇ ਤੂੰ ਕਹਿੰਦਾ ਸੂਰਜ ਚੜਿਆ ਹੀ ਨਹੀਂ, ਸੂਰਜ ਚੜੇਗਾ ਤੇ, ਸੂਰਜ ਚੜੇਗਾ ਤੇ ਧੁੱਪ ਵੇਖ ਲਾਂਗੇ, ਸੂਰਜ ਤੇ ਚੜਿਆ ਤੂੰ ਬਾਰੀਆਂ ਬੂਹੇ ਖੋਲ, ਬਾਹਰ ਜਾ, ਤੂੰ ਸੂਰਜ ਨੂੰ ਤੱਕ, ਸੂਰਜ ਤਾਂ ਚੜਿਆ ਏ, ਤੂੰ ਪੰਜਾਂ ਪਿਆਰਿਆਂ ਕੋਲ ਜਾ, ਉਹ ਤਾਂ ਕਿਰਪਾ ਦਾ ਸਾਗਰ ਏ, ਤੂੰ ਆਪ ਹੀ ਨੀ ਜਾਂਦਾ। ਵਾਹਿਗੁਰੂ 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 ਜਾਂਦੇ ਆ। 95% ਸਿੱਖ ਕਹਿੰਦੇ ਨੇ ਅੰਮ੍ਰਿਤ ਛਕਣ ਚ ਕੀ ਪਿਆ ਏ, ਮਨ ਸਾਫ ਹੋਣਾ ਚਾਹੀਦਾ ਹੈ। ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਾਹਦੇ ਨਾਲ ਮਨ ਸਾਫ ਹੋ ਜਾਏਗਾ ਜੀ, ਦੁਨੀਆਂ ਤੇ ਕੋਈ ਡਿਟਰਜੈਂਟ ਐਸਾ ਬਣਿਆ ਹੀ ਨਹੀਂ, ਕੋਈ ਸੋਪ ਐਸਾ ਬਣਿਆ ਹੀ ਨਹੀਂ ਜਿਹੜਾ ਮਨ ਨੂੰ ਸਾਫ ਕਰ ਦੇਵੇ। ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਸ, ਜਿੰਨੇ ਚਿਰ ਤੂੰ ਮਨ ਗੁਰੂ ਨੂੰ ਦਏਗਾ ਨੀ, ਮਨ ਬਸ ਆਵੇ ਨਾਨਕਾ ਪੂਰਨ ਕਿਰਪਾ ਹੋਏ, ਤੂੰ ਗੁਰੂ ਨੂੰ ਮਨ ਦਿੱਤਾ ਹੀ ਨਹੀਂ ਤੇ ਸਾਫ ਕਿਵੇਂ ਹੋ ਜਾਏਗਾ। ਬੋਲੋ ਵਾਹਿਗੁਰੂ ਵਾਹਿਗੁਰੂ। ਸਿਧਾਂਤ ਨੂੰ ਸਮਝੋ, ਬੋਲੋ ਵਾਹਿਗੁਰੂ 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 ਵਾਹਿਗੁਰੂ। ਭਾਈ ਸਾਹਿਬ ਬੜੀ ਉੱਚੀ ਗੱਲ ਕਰ ਰਹੇ ਸੀ, ਦਸਵੇਂ ਦੁਆਰ ਦੀ ਬੱਜਰ ਕਪਾਟ ਨਾ ਖੁੱਲਣੀ, ਗੁਰਸ਼ਬਦ ਖੁੱਲੀ ਜੈ। ਦੇਖੋ ਮਹਾਰਾਜ ਨੇ ਬਾਣੀ ਚ ਕਿਹਾ, ਨੈਣੀ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਸਾਰੇ ਤਾਂ ਸੁੱਤੇ ਨੇ ਤੇ ਸੁੱਤੇ ਦਾ ਦਸਵਾਂ ਦੁਆਰ ਕਿਵੇਂ ਖੁੱਲ ਜਾਏਗਾ, ਸੁੱਤਾ ਹੋਇਆ ਤੇ ਲੁੱਟਿਆ ਹੀ ਜਾ ਸਕਦਾ। ਬੋਲੋ ਵਾਹਿਗੁਰੂ ਵਾਹਿਗੁਰੂ। ਅੱਖਾਂ ਚ ਨੀਂਦ ਹੈ ਕਿਹੜੀ, ਪਰਾਇਆ ਰੂਪ ਦੇਖਦੀਆਂ ਨੇ, ਭੈਣ ਨੀ ਦਿਸਦੀ, ਮਾਂ ਨੀ ਦਿਸਦੀ, ਧੀ ਨੀ ਦਿਸਦੀ, ਕਿੰਨੇ ਕਰਾ ਗਏ ਨੇ ਜਿਨ੍ਹਾਂ ਨੂੰ ਦੂਜੇ ਦੀ ਮਾਂ ਆਪਣੀ ਮਾਂ ਦਿਸਦੀ ਹੋਵੇ, ਜਿਨ੍ਹਾਂ ਨੂੰ ਦੂਜੇ ਦੀ ਧੀ ਆਪਣੀ ਧੀ ਦਿਸਦੀ ਹੋਵੇ, ਜਿਨ੍ਹਾਂ ਨੂੰ ਦੂਜੇ ਦੀ ਭੈਣ ਆਪਣੀ ਭੈਣ ਦਿਸਦੀ ਹੋਵੇ, ਤੇ ਫਿਰ ਗਾਣੇ ਲਿਖਣ, ਫਿਰ ਗਾਣੇ ਗਾਣ, ਆਪਣੀਆਂ ਧੀਆਂ ਭੈਣਾਂ ਨੂੰ ਪੁਰਜੇ ਦੱਸਣ, ਬੇਸ਼ਰਮ ਸ਼ਰਮ ਧਰਮ ਦੋ ਖਪ ਛਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਜੈ ਮਸਤਾਂ ਦੀ ਗੱਡੀਆਂ ਤੇ ਲਿਖਾਈ ਫਿਰਦੇ ਨੇ, ਜੈ ਪੀਰਾਂ ਦੀ, ਕਿਹੜੇ ਪੀਰਾਂ ਦੀ, ਕਿਹੜੇ ਮਸਤਾਂ ਦੀ। ਬੋਲੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਸਾਹਿਬ ਨੇ ਬਾਣੀ ਚ ਲਿਖਿਆ, ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਜੀਵਤੇ ਕੋ ਬੋਲੋ, ਜੀਵਤੇ ਕੋ ਜੀਵਤਾ ਮਿਲੇ। ਆ ਜੀਵਦਾ ਜੀ ਇੱਕੋ ਹੀ ਜਾਗਦਾ, ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੁੱਤਾ ਮੋਹ ਪਿਆਸ। ਬਾਕੀ ਸਾਰਾ ਸੰਸਾਰ ਸੁੱਤਾ ਪਿਆ, ਇੱਕੋ ਹੀ ਤੇ ਗੁਰੂ ਜਾਗਦਾ ਪਿਆ। ਬੋਲੋ ਵਾਹਿਗੁਰੂ। ਇੱਕੋ ਹੀ ਤੇ ਜਿਉਂਦਾ ਏ ਸਤਿਗੁਰ ਮੇਰਾ, ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਣ, ਹਰ ਸਿਓ ਲੈਣ ਮਿਲਾਏ। ਇਹਦੀ ਬਰਸੀ ਮਨਾਓਗੇ? ਬੋਲੋ ਨਾ, ਗੁਰੂ ਗ੍ਰੰਥ ਸਾਹਿਬ ਦੀ ਬਰਸੀ ਕੋਈ ਮਨਾਏਗਾ? ਕਿਉਂਕਿ ਇਹਨੇ ਮਰਨਾ ਹੀ ਨਹੀਂ। ਬੋਲੋ ਵਾਹਿਗੁਰੂ ਵਾਹਿਗੁਰੂ। ਇਹੀ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ। ਬੋਲੋ ਵਾਹਿਗੁਰੂ 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 ਵਾਹਿਗੁਰੂ। ਇਹਨੂੰ ਜਿਹੜਾ ਮਿਲੇਗਾ ਨਾ, ਉਹ ਵੀ ਜੀਵਤ ਹੋ ਜਾਏਗਾ। ਸੋ ਜੀਵਤ ਜੇ ਜੀਵਤ ਜਪਿਆ, ਪ੍ਰਗਟ ਭਏ ਨਾਨਕ ਨਹੀਂ ਛਪਿਆ। ਜਿਹੜਾ ਜਿਉਂਦੇ ਨੂੰ ਜਪੇਗਾ ਜਿਉਂਦਾ ਹੋ ਜਾਏਗਾ, ਜਿਹੜਾ ਜਪੇਗਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਸੇਵਨ ਸੇ ਸੱਚ ਰਲਾਦਿਆ। ਜਿਹੜੇ ਸੱਚ ਨੂੰ ਸਿਮਰਦੇ ਨੇ ਉਹ ਸੱਚ ਵਿੱਚ ਰਲ ਜਾਂਦੇ ਨੇ, ਤੇ ਕੁੜਿਆਰ ਕੁੜਿਆਰੀ ਜਾਏ ਰਲੇ। ਜਿਹੜੇ ਝੂਠਾ ਸੌਦਾ ਕਰਦੇ ਨੇ ਗੋਰੀ ਆਏ ਪਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਬੋਲੋ ਵਾਹਿਗੁਰੂ 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 ਵਾਹਿਗੁਰੂ। ਅੱਖਾਂ ਝੂਠੀਆਂ ਨੇ, ਰੱਬ ਦੇ ਦਰਸ਼ਨ ਨਹੀਂ ਹੋਣੇ। ਸੇ ਅੱਖਣੀਆਂ ਬਿਆਨ ਜਿੰਨੀ ਡਿਸਣ ਦੋ ਮਾਂ ਪਿਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਰੱਬ ਦੇ ਦਰਸ਼ਨ ਹੁੰਦੇ ਨੇ। ਇਹਨਾਂ ਅੱਖਾਂ ਨਾਲ ਤੇ ਪਰਾਇਆ ਰੂਪ ਦੇਖਿਆ ਈ, ਇਹਨਾਂ ਨਾਲ ਰੱਬ ਦੇ ਦਰਸ਼ਨ ਕਿਵੇਂ ਹੋਣਗੇ? ਅੱਖਾਂ ਤੇ ਮੈਲੀਆਂ ਨੇ। ਬੋਲੋ ਵਾਹਿਗੁਰੂ ਵਾਹਿਗੁਰੂ। ਇਹ ਤੇ ਸੁੱਤੀਆਂ ਪਈਆਂ ਨੇ, ਦਿਨ ਰਾਤ ਸੁੱਤੀਆਂ ਪਈਆਂ ਨੇ, ਨੈਣੀ ਨੀਂਦ ਪਰ ਦ੍ਰਿਸ਼ਟ ਵਿਕਾਰ, ਵਿਕਾਰਾਂ ਨਾਲ ਭਰੀਆਂ ਪਈਆਂ। ਮਾਂ ਦਿਸਦੀ ਨੀ, ਭੈਣ ਦਿਸਦੀ ਨੀ, ਧੀ ਦਿਸਦੀ ਨੀ। ਪਰਾਇਆ ਧਨ ਆਪਣਾ ਹੋ ਜਾਏ, ਪਰਾਈ ਜ਼ਮੀਨ ਆਪਣੀ ਹੋ ਜਾਏ। ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਖਾਂ ਪਵਿੱਤਰ ਕਰ, ਅੱਖਾਂ ਪਵਿੱਤਰ ਕਰ ਆਪਣੀਆਂ। ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਸਾਹਿਬ ਕਹਿੰਦੇ, ਲੋਈ ਲੋਈ ਡਿੱਠ ਮੈਂ ਪਿਆਸ ਨਾ ਬੁੱਝੇ ਮੂੰਹ ਕਣੀ, ਸੇ ਅੱਖੜੀਆਂ ਬਿਆਨ ਜਿੰਨੀ ਡਿਸਣ ਦੋ ਮਾਂ ਪਿਰੀ। ਦੁਨੀਆ ਦੇਖ ਦੇਖ ਕੇ ਤੇ ਰੱਜੀਆਂ ਨੀ, ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵਨਾ ਰੱਜੀਆ ਕਰ ਭੋਗ ਬਿਲਾਸੇ। ਰੱਜਣਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮਰੀਦਾਂ ਪਿਰਹਿੜੀ ਸੱਚੀ ਰਹਿ ਰਾਸੇ। ਅੱਖਾਂ ਰੱਜੀਆਂ ਨੀ ਅਜੇ ਦੇਖ ਕੇ ਤਮਾਸ਼ੇ, ਦਸਵਾਂ ਕਿੱਥੋਂ ਖੁੱਲੇ। ਕੰਨ ਰੱਜੇ ਨੀ ਨਿੰਦਾ ਸੁਣ ਸੁਣ ਕੇ, ਅਨਹਦ ਕਿਵੇਂ ਵੱਜੇ? ਬੋਲੋ ਵਾਹਿਗੁਰੂ ਵਾਹਿਗੁਰੂ। ਕੰਨ ਬੰਦ ਕਰ ਲੈ, ਸ਼ਬਦ ਨਾ ਬਿਨ ਗੁਰ ਸ਼ਬਦ ਨਾ ਸੁਣੇ, ਬੋਲਾ ਬੋਲਾ ਹੋ ਜਾ। ਬਿਨਾਂ ਗੁਰੂ ਦੇ ਸ਼ਬਦ ਤੂੰ ਹੋਰ ਕੁਛ ਨਾ ਸੁਣ, ਅਨਹਦ ਵੱਜ ਜਾਏਗਾ। ਬੋਲੋ ਵਾਹਿਗੁਰੂ ਵਾਹਿਗੁਰੂ। ਸਰਵਣ ਸੋਏ ਸੁਣ ਨਿੰਦ ਵਿਚਾਰ, ਨਿੰਦਿਆ ਸੁਣ ਸੁਣ ਕੇ ਅਜੇ ਰੱਜਿਆ ਹੀ ਨਹੀਂ। ਲੋਕ ਅਵਗਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੇ ਕੋਈ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਔਗਣਾਂ ਦੀ ਪੰਡ ਬੰਨੀ ਹੈ, ਗਲ ਸੇਤੀ ਪਾਪ ਕਮਾਏ, ਇੱਥੇ ਤੱਕ ਭਰ ਗਿਆ ਪਾਪਾਂ ਨਾਲ। ਜਗ੍ਹਾ ਤੇ ਹੈ ਹੀ ਨਹੀਂ ਨਾਮ ਦੀ, ਅੰਦਰ ਜਗ੍ਹਾ ਹੀ ਨਹੀਂ ਛੱਡੀ ਕੋਈ, ਨਾਮ ਕਿੱਥੇ ਵਸੇ? ਵਸਤੂ ਅੰਦਰ ਵਸ ਸਮਾਵੇ, ਦੂਜੀ ਹੋਵੇ ਪਾਸ। ਭਾਂਡਾ ਖਾਲੀ ਕਰੇਗਾ ਤੇ ਫੇਰ ਹੀ ਕੁਛ ਵਿੱਚ ਪਾਏਗਾ ਨਾ।
बोलो वाहेगुरु 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 हाँ तिस कोल कुमाया गुरमत हृदय गरीबी आवे बोलो हाँ तिस कोल कुमाया गुरमत हृदय आगी निम्रता नहीं ज्ञानी जी मेरी अरदास करो आज लंगर मेरे वल्लों है बोलो वाहेगुरु वाहेगुरु दे दे मंगे सहसा गुणा सोब करे संसार देंदा है ते फिर मंगदा है दस देंदा है ते हजार मंगदा है ते फिर कहंदा संसार सोभा भी करे लोकां नूं पता भी लगे ना मैं 10 रुपये दित्ते ने गुरुद्वारे माथे तिलक आ तिलक हाथ माला बाणा लोगन राम खलौना जाना बोलो वाहेगुरु वाहेगुरु गुरु बंदा है इनू दसन की लोड़ है इनू दसन की लोड़ है तू 10 रुपये दिते लिस्ट पढ़न की लोड़ है ये अगे एक पासे तुसी इनू कोई अंतर जामी सब जाने तक किस पे आख सुनाइए कहने कथन पीजे गोविंद हर भावे पैजर खाइए एक पासे कहंदे हो अंतर जामी है दूजे पासे कहंदे हो मेरी लिस्ट पढ़ो कहंदे कि नहीं हां जी हैगी निम्रता गुरु ने कहा सी आप गवाइए ता शो पाइए और कैसी चतुराई सो नजर कर देखा सो दिन लिखा काम नौ निध पाई प्यारे इन बिद मिलन न जाई मैं किए कर्म अनेक केड़े केड़े कर्म किते पूरा शब्द तुसी पढ़ लियो जैसे शब्दी विचार च मैं पै गया इतने ही फिर कितना घंटा दो लंघ जाने बोलो वाहेगुरु वाहेगुरु अन्न भूम वस्त्र बहुर पे ना मिलिए हर द्वारा जिन्हें मर्जी पैसे चढ़ा ला जिन्हें मर्जी भूमि दान कर दे जिन्हें मर्जी कपड़े दान कर दे रब दा घर नहीं मिलन लगा दसवां द्वार नहीं खुलन लगा बोलो वाहेगुरु सेज सोनी चंदन चोआ नरक कोर का द्वारा बोलो वाहेगुरु वाहेगुरु पाठ पढ़े और वेद विचार्यो नीवल पुयंगम साधे पंच जना सु संग ना छुटके हो अधिक अहमबुद्ध बंदे वधेरे बज गया मैं इतने मिया मैं पाठ करदा वा लोकी तो सारे पापी ने बोलो वाहेगुरु नेमी बनना सी नाल प्रेमी बनना सी साच कहूं सुन लियो सब है जिन प्रेम कियो तिन ही प्रभ पायो तेरा नेम तेनू रब तक नहीं लै जाएगा तेरा प्रेम तेनू रब तक लै जाएगा बोलो वाहेगुरु प्रेम नाल पढ़ बोलो वाहेगुरु प्रेम नाल बोल वाहेगुरु 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 प्यारे इन बिद मिलन ना जाई मैं किए कर्म अनेकां की कीता फिर हार परे ओ स्वामी के द्वारे हार परे ओ स्वामी के पंजा प्यारा को डिग पिया जाके मैनू बख्श लो हम अपराध पाप बहु कीने कर दुष्टि चोर चुराया लून हरामिया गुणागारिया लून हरामी गुणागार बेगाना अल्प मत जियो पिंड जिन सुख दिए ताहे ना जान तत् लाहा माया कारने दैद ढूंढन जाए देवन हार दतार प्रभ निमखना मने वसाए लालच झूठ विकार मोह असंपै मन माए ए कठा कीता होया अंदर लालच झूठ विकार मोह ए अंदर धन कठा कीता होया ए संपै संपै कहंदे ने धन नू दौलत नू ए दौलत अंदर कठी बैठा करके बैठा होया लंपट चोर निंदक महा तिन्हू संग बिहाए अठे पैर काम करो लो मोहंकार दी संगत विकारां दी संगत सब को झूठा माता झूठी पिता पी झूठा झूठे ही फल लागे आवे झूठे जाहे झूठे झूठे मरे आपागे
ਝੂਠੇ ਜੰਮੇ ਝੂਠੇ ਜਵਾਨ ਹੋਏ ਝੂਠੇ ਹੀ ਮਰ ਗਏ ਕੋ ਪੰਡਤ ਸੂਚਾ ਕਵਣ ਥਾਂ ਜਹਾਂ ਬੈਸੋ ਭੋਜਨ ਖਾਓ ਬੋਲੋ ਵਾਹਿਗੁਰੂ 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 ਜੇਬਾ ਝੂਠੀ ਬੋਲਤ ਝੂਠਾ ਕਰਨ ਨੇਤਰ ਸਭ ਝੂਠੇ ਇੰਦਰੀ ਕੀ ਝੂਠ ਉਤਰ ਸੁਨਾਹੀ ਬ੍ਰਹਮ ਅਗਨ ਕੇ ਲੂਠੇ ਦਸਵਾਂ ਕਿਵੇਂ ਖੁੱਲ ਜਾਏਗਾ ਜੀਭ ਝੂਠੀ ਝੂਠ ਬੋਲਦੀ ਏ ਗੁਰੂ ਕਹਿੰਦਾ ਮਿੱਥਿਆ ਨਾਹੀ ਰਸਨਾ ਪਰਸ ਜ਼ਿੰਦਗੀ ਚ ਝੂਠ ਨਿਕਲ ਗਿਆ ਮਰ ਜਾਵਾਂਗਾ ਝੂਠ ਨਹੀਂ ਬੋਲਣਾ ਮੈਂ ਗੁਰੂ ਦਾ ਸਿੱਖਿਆ ਮਰ ਜਾਵਾਂਗਾ ਮੈਂ ਕਿਉਂਕਿ ਮੈਂ ਗੁਰੂ ਦਾ ਸਿੱਖਿਆ ਮੈਂ ਝੂਠ ਨਹੀਂ ਬੋਲਣਾ ਮੇਰੇ ਗੁਰੂ ਦਾ ਹੁਕਮ ਹੈ ਮਿੱਥਿਆ ਨਾਹੀ ਰਸਨਾ ਬੋਲੋ ਨਾ ਮਿੱਥਿਆ ਨਾਹੀ ਰਸਨਾ ਪਰਸ ਤੇ ਜੀਭ ਤੋਂ ਝੂਠ ਬੋਲਣਾ ਤੇ ਜੀਭ ਤੇ ਇੱਕ ਹੈ ਨਾ ਇਹਦੇ ਨਾਲ ਝੂਠ ਵੀ ਬੋਲਣਾ ਤੇ ਇਹਦੇ ਨਾਲ ਵਾਹਿਗੁਰੂ ਵੀ ਬੋਲਣੇ ਨਹੀਂ ਗੱਲ ਬਣਨੀ ਬੋਲੋ ਵਾਹਿਗੁਰੂ 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 ਜੇ ਬੋਲਿਆ ਹੀ ਨਾ ਹੁਣ ਇਸ ਜੀਵ ਨਾ ਵਾਹਿਗੁਰੂ ਤੇ ਹੁਣ ਝੂਠ ਨਾ ਬੋਲੀ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਪੰਡਿਤ ਨੂੰ ਨੀ ਕਿਹਾ ਤੁਸੀਂ ਕਿਹਾ ਬਾਹਮਣ ਨੂੰ ਕਿਹਾ ਸਿੱਖ ਝੂਠ ਬੋਲ ਲੈ ਜਿੰਨਾ ਮਰਜ਼ੀ ਇੱਥੇ ਬਾਹਮਣ ਨੂੰ ਕਿਹਾ ਝੂਠ ਨਾ ਬੋਲ ਪਾਂਡੇ ਬਾਣੀ ਪੜੇ ਤੂੰ ਤੇ ਕਿਹਾ ਪਾਂਡੇ ਨੂੰ ਤੈਨੂੰ ਕਿਹਾ ਸੁਰਜੀਤ ਸਿਆ ਤੂੰ ਸਟੇਜ ਤੇ ਬਹਿ ਕੇ ਲੈਕਚਰ ਕਰਨਾ ਝੂਠ ਨਾ ਬੋਲੀ ਬੋਲੋ ਵਾਹਿਗੁਰੂ 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 ਝੂਠਾ ਕੌਣ ਹੈ ਮਹਾਰਾਜ ਨੂੰ ਪੁੱਛੋ ਕਹਿੰਦੇ ਸੋ ਝੂਠਾ ਜੋ ਝੂਠੇ ਲੱਗ ਸੋ ਝੂਠਾ ਜੋ ਝੂਠੇ ਲੱਗ ਤੇ ਆਪਾਂ ਕਿੱਥੇ ਲੱਗੇ ਹਾਂ ਜਿਹੜਾ ਕਾਰੋਬਾਰ ਬਿਜ਼ਨਸ ਕਰਨੇ ਆ ਝੂਠਾ ਕਿ ਸੱਚਾ ਕਾਰਾਂ ਕੋਠੀਆਂ ਜਿਹੜੀਆਂ ਬਣਾਉਣੇ ਤਾਂ ਝੂਠੀਆਂ ਕਿ ਸੱਚੀਆਂ ਸੱਚ ਨਾਲ ਤਾਂ ਅਜੇ ਜੁੜੇ ਹੀ ਨਹੀਂ ਬੋਲੋ ਵਾਹਿਗੁਰੂ ਇਹ ਨਾ ਸਮਝੋ ਵੀ ਬਣਾਉਣੀਆਂ ਨਹੀਂ ਰਹਿਣ ਲਈ ਚਾਹੀਦਾ ਥੋੜਾ ਜਿਹਾ ਭਲੀ ਸੁਹਾਵੀ ਛਾਪਰੀ ਜਾ ਮੈਂ ਗੰਗਾਏ ਕਿੱਥੇ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਜਿੱਥੇ ਨਾਮ ਜਪੀਏ ਪ੍ਰਪਿਆਰੇ ਸੇ ਅਸਥਿਲ ਸੋ ਇੰਚ ਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਜੀਓ ਆਗ ਲੱਗੋ ਤੇ ਧੌਲ ਹਰ ਜੇ ਨਾ ਹੀ ਹਰ ਕੋ ਨਾਓ ਉਹਨਾਂ ਮਹੱਲਾਂ ਨੂੰ ਅੱਗ ਲੱਗ ਜਾਏ ਜਿੰਨਾ ਚ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ ਕੀ ਕਰਨੇ ਐਸੇ ਮਹੱਲ ਬੋਲੋ ਵਾਹਿਗੁਰੂ ਵਾਹਿਗੁਰੂ ਕੀ ਕਰਨੀ ਸੀ ਐਸੀ ਦੌਲਤ ਬੱਚੇ ਹੀ ਸਿੱਖੀ ਤੂੰ ਦੂਰ ਚਲ ਗਏ ਬੋਲੋ ਵਾਹਿਗੁਰੂ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਬੋਲੋ ਵਾਹਿਗੁਰੂ ਵਾਹਿਗੁਰੂ ਉਡੀਕਦਾ ਰਿਹਾ ਕਦੋਂ ਮੇਰਾ ਸਿੱਖ ਆਪਣੇ ਨਿੱਕੇ ਜਿਹੇ ਬੱਚੇ ਨੂੰ ਨਾ ਗਾਤਰਾ ਪਵਾ ਕੇ ਦਸਤਾਰ ਸਜਾ ਕੇ ਅੰਮ੍ਰਿਤ ਛਕਾ ਕੇ ਗੁਰਦੁਆਰੇ ਲਿਆਏਗਾ ਇੱਕ ਵਾਰ ਨਾ ਮਾਤਾ ਜੀ ਨੇ ਪੁੱਛਿਆ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਮਾਤਾ ਜੀ ਦਸਵੇਂ ਪਾਤਸ਼ਾਹ ਨੂੰ ਪੁੱਛਦੀ ਹੈ ਮੇਰੇ ਸਾਹਿਬਜ਼ਾਦੇ ਕਿੱਥੇ ਨੇ ਮੇਰੇ ਪੁੱਤਰ ਕਿੱਥੇ ਨੇ ਤੇ ਮਹਾਰਾਜ ਨੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਤੇ ਮੈਂ ਕਦੀ ਕਦੀ ਸੋਚਦਾ ਵਾਂ ਆਪਣੇ ਬਾਰੇ ਮੈਨੂੰ ਤੁਹਾਡੇ ਬਾਰੇ ਨਹੀਂ ਮੈਂ ਆਪਣੀ ਗੱਲ ਤਾਂ ਤੁਹਾਨੂੰ ਦੱਸ ਹੀ ਸਕਦਾ ਬੋਲੋ ਵਾਹਿਗੁਰੂ ਮੈਂ ਕਿਹਾ ਜੇ ਕਿਤੇ ਸੁਰਜੀਤ ਸਿਆਂ ਹਰਾਮੀਆਂ ਤੂੰ ਉੱਥੇ ਬੈਠਾ ਹੁੰਦਾ ਨਾ ਲੂਣ ਖਾ ਕੇ ਸਾਹਿਬ ਦਾ ਹਰਾਮ ਕਰ ਗਿਆ ਤੂੰ ਜਿਹਨੇ ਤੈਨੂੰ ਪੁੱਤਰ ਬਣਾਇਆ ਸੀ ਜੇ ਕਿਤੇ ਤੂੰ ਮੈਂ ਉਸ ਸਭਾ ਚ ਬੈਠਾ ਹੁੰਦਾ ਉਹਨੇ ਨਹੀਂ ਸੀ ਕਹਿਣਾ ਉਹਨੂੰ ਪਤਾ ਸੀ ਇਹ ਹਰਾਮੀ ਹੈ ਇਹ ਲੂਣ ਹਰਾਮੀ ਹੈ ਕੌ ਨਾਨਕ ਹਮ ਲੂਣ ਹਰਾਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ ਬੋਲੋ ਵਾਹਿਗੁਰੂ 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 ਇਹਨੂੰ ਕਹੋ ਬਖਸ਼ ਲੈ ਪਿਤਾ ਜੀ ਬਖਸ਼ ਲੈ ਆ ਕੇ ਕਿਆ ਕਰੋ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਹਰ ਜੀਓ
ਕਿਰਪਾ ਕਰੋ ਤੁਮ ਪਿਆਰੇ ਕੀ ਕਿਰਪਾ ਕਰਾਂ ਸਤਿਗੁਰ ਦਾਤਾ ਮੇਲ ਮਿਲਾਵੋ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦਿਓ ਆਧਾਰੇ ਹਰ ਨਾਮ ਦਿਓ ਜਿਹੜਾ ਮੇਰੀ ਜਿੰਦ ਦਾ ਆਸਰਾ ਹੈ ਨਾ ਨਾਮ ਵਾਹਿਗੁਰੂ ਦਾ ਨਾਮ ਉਹ ਮੇਰੀ ਝੋਲੀ ਚ ਪਾ ਦਿਓ ਕਿਉਂ ਪਾ ਦਿਓ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ ਬਿਨ ਸਤਿਗੁਰ ਸੇਵੇ ਮੈਂ ਸਤਿਗੁਰੂ ਜੀ ਬੜਾ ਦੁੱਖ ਭੋਗਿਆ ਯੁੱਗ ਚਾਰੇ ਭਰਮਾਈ ਚਾਰ ਯੁੱਗ ਹੋ ਗਏ ਮੈਨੂੰ ਘੁੰਮਦਿਆਂ ਨੂੰ ਬੋਲੋ ਵਾਹਿਗੁਰੂ ਹਮ ਦੀਨ ਤੁਮ ਯੁੱਗ ਯੁੱਗ ਦਾਤੇ ਹਮ ਦੀਨ ਤੁਮ ਯੁੱਗ ਯੁੱਗ ਦਾ ਚੇਤਾ ਰੱਖਿਓ ਦਾਤਾ ਇੱਕੋ ਹੀ ਹੈ ਭੁਲੇਖਾ ਨਾ ਖਾ ਜਿਓ ਦੱਦਾ ਦਾਤਾ ਏਕ ਹੈ ਐਵੇਂ ਨਾ ਪੜਤਾਂ ਕੇ ਹੱਥ ਜਾ ਕੇ ਕਰਿਆ ਕਰੋ ਐਵੇਂ ਨਾ ਭਖਾਰੀਆਂ ਕੇ ਝੋਲੀ ਕਰਿਆ ਕਰੋ ਦੱਦਾ ਦਾਤਾ ਅਰੇ ਦ੍ਰਿੜ ਕਰ ਲਓ ਨਾ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ ਲਿਖ ਦਿੱਤਾ ਗੁਰੂ ਨਾਨਕ ਸਾਹਿਬ ਨੇ ਪਹਿਲਾ ਅੱਖਰੀ ਇੱਕ ਜੇ ਫਿਰ ਸਿੱਖ ਫਿਰ ਵੀ ਗੁਮਰਾਹ ਹੋ ਜੇ ਫਿਰ ਵੀ ਬਾਬਿਆਂ ਮਗਰ ਚੋਲੇ ਵਾਲਿਆਂ ਮਗਰ ਪੰਡਤਾਂ ਮਗਰ ਮੌਲਵੀਆਂ ਮਗਰ ਟੂਣਿਆਂ ਵਾਲਿਆਂ ਮਗਰ ਪਤਾ ਨੀ ਕਿੱਥੇ ਕਿੱਥੇ ਤੁਰੇ ਫਿਰਦੇ ਆ ਬੋਲੋ ਵਾਹਿਗੁਰੂ ਸਾਚਾ ਸਾਹਿਬ ਛੱਡ ਕੇ ਮਾਨਮੁਖ ਹੋਏ ਬੰਦੇ ਦਾ ਬੰਦਾ ਬੋਲੋ ਵਾਹਿਗੁਰੂ ਗੱਜ ਕੇ ਬੋਲੋ ਵਾਹਿਗੁਰੂ 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 ਇਹਨੂੰ ਆਖੋ ਅਬ ਹਮ ਚੱਲੀ ਠਾਕੁਰ ਪਹਾਰ ਅਬ ਹਮ ਚੱਲੀ ਜਬ ਹਮ ਸ਼ਰਨ ਪ੍ਰਭੂ ਕੀ ਆਈ ਜਬ ਹਮ ਸ਼ਰਨ ਰਾਖ ਪ੍ਰਭੂ ਭਾਵੇਂ ਮਾਰ ਰਾਖ ਪ੍ਰਭੂ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਸ਼ਰਨ ਚ ਆ ਗਿਆ ਭਾਵੇਂ ਰੱਖ ਲਾ ਤੇ ਭਾਵੇਂ ਮਾਰ ਦੇ ਤੇ ਸੱਚੀ ਗੱਲ ਦੱਸਾਂ ਇਹ ਮਾਰਦਾ ਨਹੀਂ ਇਹਦਾ ਕੰਮ ਮਾਰਨਾ ਹੈ ਹੀ ਨਹੀਂ ਬੋਲੋ ਵਾਹਿਗੁਰੂ ਸਤਿਗੁਰ ਮੇਰਾ ਮਾਰ ਜੀ ਵਾਲੇ ਸਤਿਗੁਰ ਮੇਰਾ ਭਾਈ ਦਇਆ ਸਿੰਘ ਨੂੰ ਜਿੰਦਾ ਕੀਤਾ ਸੀ ਨਾ ਮਾਰ ਕੇ ਹਾਂਜੀ ਚੇਤਾ ਭੁੱਲ ਗਿਆ ਮਾਰਦਾ ਨਹੀਂ ਸਦਾ ਲਈ ਜਿੰਦਾ ਕਰ ਦਿੰਦਾ ਇਹ ਤਾਂ ਸਦ ਜੀਵਨ ਦਿੰਦਾ ਤੁਸੀਂ ਲੈਣਾ ਹੀ ਨਹੀਂ ਚਾਹੁੰਦੇ ਬੋਲੋ ਵਾਹਿਗੁਰੂ ਬੋਲੋ ਵਾਹਿਗੁਰੂ ਮੁਕਤੇ ਸੌਦਾ ਮੰਗਦੇ ਹੋ ਮੁਕਤੇ ਚ ਕੋਈ ਚਿਮਟਾ ਖੜਕਾ ਕੇ ਤੁਹਾਨੂੰ ਦੇ ਜਾਵੇ ਸੌਦਾ ਹੰਨੀ ਮਿਲਣਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੋਦ ਚ ਬੈਠ ਕੇ ਇੱਥੇ ਕਹਿ ਰਿਹਾ ਮੈਂ ਤੁਹਾਨੂੰ ਜਦੋਂ ਮਰਜ਼ੀ ਜਿੱਥੇ ਮਰਜ਼ੀ ਮੇਰਾ ਟੈਲੀਫੋਨ ਨੰਬਰ ਲੈ ਲਓ ਈਮੇਲ ਲੈ ਲਓ ਜਦੋਂ ਮਰਜ਼ੀ ਗੱਲ ਕਰ ਲਿਓ ਬੋਲੋ ਵਾਹਿਗੁਰੂ ਮੈਂ ਕਹਿ ਕੇ ਲੁਕਦਾ ਨਹੀਂ ਹੁੰਦਾ ਬੋਲੋ ਵਾਹਿਗੁਰੂ 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 ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਕਿਹਦੇ ਕੋਲ ਲੈ ਲੋਗੇ ਬੰਦੇ ਕੋਲੋਂ ਬੋਲੋ ਵਾਹਿਗੁਰੂ 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 ਮੇਰੇ ਮਨ ਸਾਧ ਸ਼ਰਨ ਛੁਟਕਾਰਾ ਕੱਪੜਿਆਂ ਵਾਲਾ ਨਹੀਂ ਸਾਧ ਮੈਨੇ ਗੁਰੂ ਗੁਰੂ ਦੀ ਸ਼ਰਨ ਚਾਹੋਗੇ ਤਾਂ ਛੁਟਕਾਰਾ ਹੋਏਗਾ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰਾ ਕਿਹੜਾ ਬੰਦਾ ਤੁਹਾਡਾ ਜਨਮ ਮਰਨ ਕੱਟ ਦੇਗਾ ਕਿਹੜਾ ਬੰਦਾ ਤੁਹਾਡਾ ਦਸਵਾਂ ਦੁਆਰ ਖੋਲ ਦੇਗਾ ਕਿਹੜਾ ਬੰਦਾ ਤੁਹਾਡਾ ਨਾ ਸ਼ਬਦ ਵਜਾ ਦੇਗਾ ਬੋਲੋ ਵਾਹਿਗੁਰੂ ਵਾਹਿਗੁਰੂ ਗਿਆਨੀ ਗਿਆਨੀ ਗੁਰਬਿਨ ਭਗਤ ਨਾ ਹੋਏ ਕੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੋਈ ਬੋਲੋ ਵਾਹਿਗੁਰੂ ਜਗਤ ਭਗਤੀ ਕਰਨਾ ਚਾਹੁੰਦਾ ਹੈ ਪਰ ਕਹਿੰਦੇ ਗੁਰੂ ਨੂੰ ਨਹੀਂ ਮਿਲਣਾ ਤੇ ਭਾਈ ਗੁਰਦਾਸ ਕਹਿੰਦੇ ਥੰਮੇ ਕੋਏ ਨਾ ਸਾਧ ਬਿਨ ਸਾਧ ਨਾ ਦਿਸੇ ਜਗ ਵਿੱਚ ਕੋਆ ਹੱਟੀਆਂ ਲਾ ਕੇ ਬਥੇਰੇ ਬੈਠੇ ਨੇ ਹੋਰ ਵੀ ਨਵੀਆਂ ਨਵੀਆਂ ਲੱਗ ਜਾਣੀਆਂ ਨੇ ਤੁਸੀਂ ਲਵਾਣੀਆਂ ਨੇ ਫਿਰ ਤੁਸੀਂ ਪਛਤਾਉਣਾ ਏ ਬੋਲੋ ਵਾਹਿਗੁਰੂ ਅੱਗੇ ਵੀ ਸਾਰੇ ਡੇਰੇ ਤੁਸੀਂ ਬਣਾਏ ਨੇ ਹੁਣ ਸਾਰੇ ਸਿੱਖ ਕਹਿੰਦੇ ਡੇਰਾਵਾਦ ਪੰਜਾਬ ਚ ਫੈਲ ਗਿਆ ਮੈਂ ਫੈਲਾਇਆ ਕਿੰਨੇ ਹੈ
ਫਲਾਇਆ ਕਿੰਨੇ ਆ? ਤੁਸੀਂ ਜ਼ਿੰਮੇਵਾਰ, ਬੋਲੋ ਵਾਹਿਗੁਰੂ. ਗੁਰਦੁਆਰੇ ਛੱਡ ਕੇ ਦੌੜ ਗਏ ਡੇਰਿਆਂ ਨੂੰ, ਬੋਲੋ ਵਾਹਿਗੁਰੂ. ਗੁਰਦੁਆਰੇ ਖਾਲੀ ਹੋਈ ਜਾਂਦੇ ਨੇ, ਬੋਲੋ ਵਾਹਿਗੁਰੂ. ਵਾਹਿਗੁਰੂ, 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 ਵਾਹਿਗੁਰੂ. ਤੇ ਗੁਰੂ ਸਾਹਿਬ ਕੀ ਕਹਿੰਦੇ ਨੇ? ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਪਣੀਏ. ਗੁਰੂਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ. ਕਿਤੇ ਕਿਹਾ ਡੇਰੇ ਤੇ ਚਲ ਜਾਓ ਤੇ ਤੁਹਾਡਾ ਭਾਂਡਾ ਸਾਫ਼ ਹੋ ਜਾਏਗਾ? ਗੁਰੂ ਦੇ ਦਰ ਤੇ ਆਓ, ਬੋਲੋ ਵਾਹਿਗੁਰੂ. ਵਾਹਿਗੁਰੂ, 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 ਵਾਹਿਗੁਰੂ. ਅੱਖੀਂ ਪ੍ਰੇਮ ਕਸਾਈਆਂ, ਹਰ ਹਰ ਨਾਮ ਪਖੰਨ. ਅੱਖਾਂ ਤੇ ਖਿੱਚੀਆਂ ਹੋਈਆਂ ਪ੍ਰੇਮ ਚ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਲੱਗੀਆਂ ਏਦਾਂ. ਤੇ ਗੁਰੂ ਸਾਹਿਬ ਕਹਿੰਦੇ ਜੇਕਰ ਦੂਜਾ ਦੇਖਦੇ ਜਾਂ ਨਾਨਕ ਕੱਢਦੀ ਚੰਨ. ਜੇ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਹੋਰ ਨੂੰ ਦੇਖਦੀਆਂ ਨੇ ਨਾ ਗੁਰੂ ਦੇ ਬਰਾਬਰ, ਤੇ ਇਹਨਾਂ ਨੂੰ ਸਲਾਈ ਪਾ ਕੇ ਕੱਢ ਦਿਓ, ਇਹਨਾਂ ਦੀ ਲੋੜ ਨਹੀਂ ਫਿਰ. ਬੋਲੋ ਵਾਹਿਗੁਰੂ. ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਪਿਆਰਾ ਸਿੱਖ, ਬੋਲੋ ਵਾਹਿਗੁਰੂ. ਵਾਹਿਗੁਰੂ. ਦੋਵੇਂ ਅੱਖਾਂ ਨਹੀਂ ਹੈ, ਅੱਖਾਂ ਤੂੰ ਦਿਸਦਾ ਨਹੀਂ ਹੈ, ਸੰਗਤ ਦਰਸ਼ਨ ਕਰਨ ਚੱਲੀਏ ਤੇ ਉਹਦੀ ਕਿਸੇ ਨੇ ਡੰਗੋਰੀ ਨਹੀਂ ਫੜੀ, ਕਹਿੰਦੇ ਵੀ ਸਾਰੇ ਇੱਕ ਤੋਂ ਇੱਕ ਅੱਗੇ ਜਾਣਾ, ਇਹਦਾ ਭਾਰ ਕੌਣ ਚੁੱਕੇਗਾ? ਉਹ ਪਿਆਰ ਵੀ ਸੀ, ਯਾਦ ਕਰਦਾ ਸੀ ਬਾਪੂ ਨੂੰ. ਬੋਲੋ ਵਾਹਿਗੁਰੂ. ਖਾਣਾ ਪੀਣਾ ਹੱਸਣਾ ਬਾਦ, ਜਬ ਲੱਗ ਹਿਰਦੇ ਨਾ ਆਵੇ ਯਾਦ, ਰਹਿ ਕੋਟੀਆਂ ਚ ਖਾ 36 ਪ੍ਰਕਾਰ ਦੇ ਭੋਜਨ, ਜੇ ਯਾਦ ਨਹੀਂ ਆਇਆ ਤੇ ਸਭ ਬੇਕਾਰ. ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ. ਖਾਂਦਿਆਂ ਖਾਂਦਿਆਂ ਮੂੰਹ ਕੁੱਠਾ, ਪਹਿਨਦਿਆਂ ਸਭ ਅੰਗ, ਤ੍ਰਿਗਤ ਨਾ ਕਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ. ਹਜ਼ਾਰ ਫਿਟਕਾਰ ਉਹਨਾਂ ਦੇ ਜੀਵਨ ਤੇ ਜਿਹੜੇ ਖਾਂਦੇ ਹੀ ਰਹਿ ਗਏ ਤੇ ਸੱਚੇ ਦਾ ਰੰਗ ਲੱਗਾ ਹੀ ਨਹੀਂ. ਬੋਲੋ ਵਾਹਿਗੁਰੂ. ਗਾਜ ਕੇ ਬੋਲੋ ਵਾਹਿਗੁਰੂ, 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 ਵਾਹਿਗੁਰੂ. ਤੇ ਉਹ ਸਿੱਖ ਨੂੰ ਅੱਖਾਂ ਤੂੰ ਦੱਸਦਾ ਨਹੀਂ ਸੀ, ਕਹਿੰਦਾ ਕੋਈ ਨੀ ਤੁਸੀਂ ਨਹੀਂ ਲੈ ਕੇ ਚੱਲੇ ਤੇ ਮੈਂ ਆਪੇ ਤੁਰ ਜਾਣਾ, ਆਪੇ ਮੇਰਾ ਗੁਰੂ ਲੈ ਜਾਏਗਾ. ਦੀਨ ਦਿਆਲ ਭਰੋਸੇ ਤੇਰੇ. ਸਾਨੂੰ ਭਰੋਸਾ ਹੀ ਤੇ ਨਹੀਂ ਰਿਹਾ ਨਾ ਗੁਰੂ ਗ੍ਰੰਥ ਸਾਹਿਬ ਤੇ, ਗੁਰੂ ਦੇ ਬਚਨਾਂ ਤੇ ਭਰੋਸਾ ਹੀ ਨਹੀਂ ਰਿਹਾ ਨਾ. ਜੇ ਭਰੋਸਾ ਹੁੰਦਾ ਨਾ ਫਿਰ ਸਿੱਖ ਛੱਡ ਕੇ ਕਿਉਂ ਤੁਰ ਜਾਂਦੇ? ਗੁਰਦੁਆਰਾ ਛੱਡ ਕੇ ਡੇਰਿਆਂ ਨੂੰ ਕਿਉਂ ਦੌੜ ਜਾਂਦੇ? ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ. ਤੁਸੀਂ ਕਿਹਾ ਮੈਨੂੰ ਗੁਰਦੁਆਰੇ ਕੁਛ ਨਹੀਂ ਮਿਲਿਆ, ਉਹਨਾਂ ਕਿਹਾ ਮੈਂ ਜੂ ਬੈਠਾ ਰੱਬ ਦਾ ਸ਼ਰੀਕ, ਆ ਜਾ ਮੇਰੇ ਕੋਲ ਮੈਂ ਦਿੰਦਾ ਤੈਨੂੰ ਲੈ ਕੇ. ਇਹ ਸਾਰੇ ਰੱਬ ਦੇ ਸ਼ਰੀਕ ਨੇ ਜਿਹੜੇ ਕਹਿੰਦੇ ਆ ਜਾ ਮੈਂ ਤੈਨੂੰ ਦਿੰਦਾ ਵਾ. ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ. ਦੱਦਾ ਦਾਤਾ ਏਕ ਹੈ, ਦੂਸਰ ਨਾਹਿਨ ਕੋਏ. ਕੋਈ ਦੂਸਰਾ ਹੈ ਹੀ ਨਹੀਂ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ. ਤੇ ਭਿਖਾਰੀਆਂ ਕੋਲੋਂ ਮੰਗੋਗੇ ਤੇ ਫਿਰ ਕੀ ਬਣੂਗਾ? ਬੋਲੋ ਵਾਹਿਗੁਰੂ, ਵਾਹਿਗੁਰੂ. ਗੁਰੂ ਹਰਗੋਬਿੰਦ ਸਾਹਿਬ ਦਾ ਪਿਆਰਾ ਸਿੱਖ, ਅੱਖਾਂ ਨਹੀਂ ਹੈ, ਦੋਨੋਂ ਅੱਖਾਂ ਨਹੀਂ ਹੈ, ਅੰਦਰ ਦੀਆਂ ਅੱਖਾਂ ਹੈਗੀਆਂ ਨੇ. ਜਿਨ੍ਹਾਂ ਨਾਲ ਰੱਬ ਨੂੰ ਦੇਖਣਾ ਸੀ ਨਾ ਉਹ ਅੱਖਾਂ ਹੈਗੀਆਂ ਸਨ ਕੋਲ, ਇਹਨਾਂ ਅੱਖਾਂ ਨਾਲ ਤਾਂ ਦਿਸਣਾ ਵੀ ਨਹੀਂ, ਚੇਤਾ ਰੱਖਿਓ. ਬੋਲੋ ਵਾਹਿਗੁਰੂ. ਉਹ ਅੱਖਾਂ ਬਣਾਉਣੀਆਂ ਪੈਣੀਆਂ ਨੇ, ਕੱਲ ਨੂੰ ਦੱਸਾਂਗੇ ਕਿਹੜੀਆਂ ਅੱਖਾਂ ਚਾਹੀਦੀਆਂ, ਹਨਾ ਹੁਣ ਸਮਾਂ ਹੋ ਚੱਲਿਆ. ਬੋਲੋ ਵਾਹਿਗੁਰੂ. ਰੱਬ ਨੂੰ ਵੇਖਣ ਵਾਸਤੇ ਕਿਹੜੀਆਂ ਅੱਖਾਂ ਚਾਹੀਦੀਆਂ ਨੇ, ਕੱਲ ਨੂੰ ਵੀ ਗੱਲ ਕਰਾਂਗੇ, ਅੱਜ ਮੈਂ ਇਹਦੀ ਗੱਲ ਪੂਰੀ ਕਰਦਿਆਂ. ਬੋਲੋ ਵਾਹਿਗੁਰੂ. ਤੁਰ ਪਿਆ, ਤੁਰ ਪਿਆ, ਥੋੜੀ ਦੇਰ ਗਿਆ, ਅੱਖਾਂ ਤੂੰ ਦਿਸਦਾ ਨਹੀਂ ਸੀ ਤੇ ਟੋਏ ਚ ਡਿੱਗ ਪਿਆ, ਸੱਟ ਲਾ ਗਈ, ਪਰ ਟੋਏ ਚ ਬੈਠਾ ਵੀ ਯਾਦ ਕਰਦਾ, ਵਾਹਿਗੁਰੂ, 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 ਵਾਹਿਗੁਰੂ. ਹਮ ਰਹਿ ਨਾ ਸਕੂੰ ਬਿਨ ਦੇਖੇ ਪ੍ਰੀਤਮਾ, ਹਮ ਰਹਿ ਨਾ ਸਕੂੰ ਬਿਨ ਦੇਖੇ, ਮੈਂ ਨੀਰ ਵਹੇ ਵਹਿ ਚੱਲੈ ਜੀਓ, ਮੈਂ ਨੀਰ ਵਹੇ ਵਹਿ. ਅਸੀਂ ਰੋਏ ਹਾਂ ਕਾਹਦੇ ਲਈ? ਰੋਏ ਅਸੀਂ ਵੀ ਬੜੇ ਹਾਂ, ਅਸੀਂ ਰੋਏ ਹਾਂ ਪੁੱਤਰ ਲਈ, ਅਸੀਂ ਰੋਏ ਹਾਂ ਧੀ ਲਈ, ਅਸੀਂ ਰੋਏ ਹਾਂ ਕਾਰ ਲਈ, ਕੋਠੀ ਲਈ, ਮਾਇਆ ਲਈ, ਸਾਰੀ ਉਮਰ ਅਸੀਂ ਵੀ ਰੋਏ ਹਾਂ,
ਇੱਕ ਉਹ ਵੀ ਰੋਂਦਾ ਪਿਆ ਟੋਏ ਚ ਬੈਠਾ, ਕਹਿੰਦਾ ਮੈਂ ਤੈਨੂੰ ਦੇਖੇ ਬਗੈਰ ਰਹਿ ਨਹੀਂ ਸਕਦਾ, ਮੇਰੀਆਂ ਅੱਖਾਂ ਚ ਨੀਰ ਜਾ ਰਿਹਾ। ਉਹਦੇ ਰੋਣੇ ਤੇ ਸਾਡੇ ਰੋਣੇ ਚ ਫਰਕ ਦੇਖ ਲਓ ਕਿੰਨਾ। ਬੋਲੋ ਵਾਹਿਗੁਰੂ। ਸੰਸਾਰ ਦਾ ਹਰ ਬੰਦਾ ਰੋ ਰਿਹਾ ਹੈ, ਵਾਹਿਗੁਰੂ ਵਾਹਿਗੁਰੂ। ਮਾਇਆ ਝੂਠ ਰੁਦਨ ਕਿਤੇ ਬਿੱਲਾ ਹੀ ਰਾਮ, ਮਾਇਆ ਦਾ ਝੂਠਾ ਰੋਣਾ ਕਿੰਨੇ ਹੀ ਵਿਲਕਦੇ ਨੇ ਪੈ, ਕਿੰਨੇ ਹੀ ਵਿਲਕਦੇ ਨੇ ਪੈ, ਵਿਲਕਦੇ ਨੇ ਪੈ। ਮਾਇਆ ਝੂਠ ਰੁਦਨ, ਬੋਲੋ ਮਾਇਆ ਝੂਠ ਰੁਦਨ, ਪਤਾ ਲੱਗ ਜਾਏ ਨਾ ਰੋਣਾ ਹਟ ਜਾਏਗਾ। ਮਾਇਆ ਝੂਠ ਰੁਦਨ, ਬੋਲੋ ਕਿਤੇ ਬਿੱਲਾਹੀ ਰਾਮ, ਬਿੱਲਾਹੀ ਮੈਨੇ ਵਿਲਕਦੇ ਨੇ ਪੈ, ਤੜਫਦੇ ਨੇ ਪੈ, ਤੜਫਦੇ ਨੇ ਗੁਆਂਢੀਆਂ ਦਾ ਪਲਾਟ ਮੈਨੂੰ ਮਿਲ ਜਾਏ, ਤੜਫਦੇ ਪਏ ਨੇ ਗੁਆਂਢੀਆਂ ਦੀ ਜ਼ਮੀਨ ਮੈਨੂੰ ਮਿਲ ਜਾਏ। ਨਹੀਂ ਨਹੀਂ ਖਾ ਲੈਂਦੇ ਉਹਨੂੰ ਵੀ ਰੋਟੀ, ਫਿਰ ਕੀ ਹੋ, ਚੱਲ ਤੇਰਾ ਹੀ ਭਰਾ ਏ, ਇੱਕ ਪਿਤਾ ਕਾਤੂ ਖੋਣਾ ਆਪਣੇ ਭਰਾ ਨੂੰ, ਹੋ ਸਕੇ ਤਾਂ ਉਹਦੇ ਮੂੰਹ ਚ ਪਾ ਦੇ ਗਰਾਈ, ਹੋ ਸਕੇ ਤੇ ਇੱਕ ਬੁਰਕੀ ਉਹਦੇ ਮੂੰਹ ਚ ਵੀ ਪਾ ਦੇ ਆਪਣੇ ਘਰੋਂ ਕੱਢ ਕੇ। ਬੋਲੋ ਵਾਹਿਗੁਰੂ। ਕੱਲ ਵੀ ਦੱਸਿਆ ਸੀ ਨਾ ਪਾਈ ਨਹੀਂ, ਇੱਥੋਂ ਚੁੱਕ ਕੇ ਉੱਥੇ ਜਾ ਕੇ ਆਪ ਹੀ ਖਾ ਗਏ, ਕਿਆ ਜੀ ਗੁਰੂ ਦਾ ਲੰਗਰ ਏ। ਬੋਲੋ ਵਾਹਿਗੁਰੂ ਵਾਹਿਗੁਰੂ। ਗੁਰੂ ਦਾ ਲੰਗਰ ਜੇ ਭੁੱਖਿਆਂ ਨੂੰ ਮਿਲਦਾ, ਤੇ ਗੁਰੂ ਦਾ ਲੰਗਰ ਕਿਸੇ ਦਾ ਪੇਟ ਸੁੱਕ ਗਿਆ ਅੰਦਰ ਚਲਾ ਗਿਆ ਭੁੱਖ ਦਾ ਮਾਰਿਆ, ਗੁਰੂ ਦਾ ਲੰਗਰ ਉਹਦੇ ਮੂੰਹ ਚ ਪੈ ਜਾਂਦਾ। ਜੇ ਤੁਸੀਂ ਕੜੀ ਪਕੌੜੇ ਖਾ ਕੇ ਲੱਡੂ ਜਲੇਬੀਆਂ ਕੱਢ ਕੇ ਖਾ ਗਏ, ਹਟਣਾ ਤਾਂ ਤੁਸੀਂ ਹੈ ਨਹੀਂ, ਭਾਵੇਂ ਮੈਂ ਕਹਿ ਵੀ ਜਾਵਾਂ, ਪਰ ਮੈਂ ਆਪਣਾ ਫਰਜ਼ ਪੂਰਾ ਕਰ ਰਿਹਾ, ਜੋ ਮੈਨੂੰ ਦਾਤਾ ਕਹਿੰਦਾ ਮੈਂ ਤੁਹਾਨੂੰ ਕਹਿ ਦਿੰਦਾ, ਮੈਂ ਡਰਦਾ ਨਹੀਂ। ਬੋਲੋ ਵਾਹਿਗੁਰੂ। ਨਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਥਾਕਾਰ, ਨਾ ਮੈਂ ਗਿਆਨੀ ਹਾਂ, ਜੋ ਮੈਨੂੰ ਇਹ ਕਹਿੰਦਾ ਨਾ ਕੁੱਤੇ ਨੂੰ ਭੌਂਕਣ ਵਾਸਤੇ, ਮੈਂ ਭੌਂਕ ਦਿੰਦਾ, ਮੈਂ ਇਹਦਾ ਕੁੱਤਾ ਵਾਂ। ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਮਝ ਆਈਏ, ਅਜੇ ਵੀ ਸਮਝ ਆਈਏ, ਅਜੇ ਕੁਛ ਵਿਗੜਿਓ ਨਹੀਂ, ਅਜੇ ਕੁਛ ਨਹੀਂ ਵਿਗੜਿਆ, ਪਰ ਸਮਝ ਜਾਓ ਪੰਜਾਬ ਸਾਰਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਰੋਜ਼ ਕਿਸਾਨ ਖੁਦਕਸ਼ੀਆਂ ਕਰਦੇ ਨੇ। ਕਾਤੂ ਥੋੜਾ ਜਿਹਾ ਕਰਜ਼ਾ, ਲੱਥਾ ਨਹੀਂ ਜ਼ਹਿਰ ਖਾ ਕੇ ਮਰ ਗਿਆ। ਜੇ ਇਹੋ ਹੀ ਪੈਸੇ ਬਚਾ ਕੇ, ਇਹੋ ਹੀ ਰੁਮਾਲਿਆਂ ਦੇ ਪੈਸੇ ਬਚਾ ਕੇ, ਇਹੋ ਹੀ ਥੋੜੇ ਥੋੜੇ ਪੈਸੇ ਤੁਸੀਂ ਪਾਉਂਦੇ, ਉਹਨਾਂ ਗਰੀਬਾਂ ਤੱਕ ਪਹੁੰਚਾ ਦਿੰਦੇ, ਸ਼ਾਇਦ ਬਾਬੇ ਨਾਨਕ ਦੀ ਸਿੱਖੀ ਵੱਧ ਜਾਂਦੀ, ਸ਼ਾਇਦ ਇਹ ਸਿੱਖੀ ਦਾ ਬੂਟਾ ਹਰਿਆ ਰਹਿੰਦਾ, ਗੁਰਦੁਆਰੇ ਖਾਲੀ ਹੋ ਗਏ, 50 ਸਾਲਾਂ ਬਾਅਦ ਕੌਣ ਆਏਗਾ, ਨੌਜਵਾਨ ਤਾਂ ਆ ਨਹੀਂ ਰਿਹਾ ਗੁਰਦੁਆਰੇ, ਮੇਰੇ ਵਰਗੇ ਬੁੱਢੇ ਹੀ ਆ ਰਹੇ ਨੇ। ਕੋਈ ਉਪਰਾਲਾ ਕਰੀਏ ਸਾਰੇ ਜਣੇ ਰਲ ਕੇ, ਕੋਈ ਹੰਬਲਾ ਮਾਰੀਏ, ਇਹ ਬਾਬੇ ਨਾਨਕ ਦੀ ਸਿੱਖੀ ਸਾਰੇ ਸੰਸਾਰ ਵਾਸਤੇ ਸੀ। ਚਲੋ ਬਾਕੀ ਗੱਲ ਕਰਾਂਗੇ, ਹੁਣ ਸਮਾਂ ਹੋ ਗਿਆ। ਬੋਲੋ ਵਾਹਿਗੁਰੂ। ਉਹਦੀ ਗੱਲ ਦੱਸਦਿਆਂ ਮੈਂ ਤੁਹਾਨੂੰ, ਜਿਹੜਾ ਟੋਏ ਚ ਪਿਆ ਸੀ ਨਾ, ਤੇ ਯਾਦ ਕਰਦਾ ਹਾਂ ਰਹਿ ਨਾ ਸਕੂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਤੇ ਉਧਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਘੋੜਾ ਲਿਆਓ ਮੇਰਾ, ਤੇ ਘੋੜੇ ਤੇ ਬੈਠ ਕੇ ਤੇ ਸਿੱਖ ਦੇ ਕੋਲ ਪਹੁੰਚ ਗਏ, ਤੇ ਉਹਦਾ ਸਿਰ ਚੁੱਕ ਕੇ ਨਾ ਆਪਣੀ ਗੋਦ ਵਿੱਚ ਰੱਖ ਲਿਆ। ਕਹਿੰਦੇ ਸਿੱਖਾਂ ਮੰਗ ਕੀ ਮੰਗਦਾ ਹੈ। ਬੋਲੋ ਵਾਹਿਗੁਰੂ। ਅਸੀਂ ਕਦੀ ਚੇਤਾ ਹੀ ਨਹੀਂ ਕੀਤਾ ਤੇ ਆਣਾ ਕਿੱਥੇ ਉਹਨੇ ਸਾਡੇ ਕੋਲ, ਅਸੀਂ ਤਾਂ ਚੇਤਾ ਹੀ ਮਾਇਆ ਕਰਦੇ ਹਾਂ। ਮਾਇਆ ਮਨੂ ਨਾ ਵਿਸਰੇ ਮੰਗੇ ਦਮਾ ਦਮ, ਹਰ ਦਮ ਨਾ ਮਾਇਆ, ਹਰ ਦਮ ਨਾ ਮਾਇਆ, ਪਖੰਡ ਪਰਮ ਉਪਾਉ ਕਰ ਥਾਕੇ ਰਿਦ ਅੰਤਰ, ਮਾਇਆ ਮਾਇਆ ਹਿਰਦੇ ਵਿੱਚ, ਮਾਇਆ ਮਾਇਆ ਮਾਇਆ। ਮਾਇਆਪਤੀ ਦਾ ਤੇ ਸਿਮਰਨ ਹੀ ਹੈ ਨੀ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪੁੱਤਰਾ ਕੀ ਚਾਹੀਦਾ, ਆ ਗਿਆ ਸੀ ਯਾਦ ਕਰਦਾ ਸੀ ਤੂੰ। ਕਹਿੰਦਾ ਜੀ ਦਰਸ਼ਨ ਚਾਹੀਦੇ ਨੇ, ਹੋਰ ਕੀ ਚਾਹੀਦਾ, ਅੱਖਾਂ ਦਿਓ ਮੈਂ ਤੁਹਾਡੇ ਦਰਸ਼ਨ ਕਰ ਲਾਂ ਰੱਜ ਕੇ। ਬੋਲੋ ਵਾਹਿਗੁਰੂ। ਤੇ ਸਮਰੱਥ ਗੁਰੂ ਹੈ, ਕਹਿੰਦਾ ਠੀਕ ਹੈ ਕਰ ਲੈ। ਅੱਖਾਂ ਆ ਗਈਆਂ, ਨਜ਼ਰ ਆ ਗਈ, ਗੁਰੂ ਦੇਗਾ ਨਜ਼ਰ ਨਾ ਤਾਂ ਹੀ ਦੇਖੋਗੇ ਨਾ ਗੁਰੂ ਨੂੰ, ਇਹਨਾਂ ਅੱਖਾਂ ਨਾਲ ਥੋੜੀ ਦਿਸੇਗਾ। ਚਲੋ ਉਹਨੇ ਦਰਸ਼ਨ ਕੀਤੇ ਰੱਜ ਰੱਜ ਕੇ,
ਤੇ ਗੁਰੂ ਹਰਗੋਬਿੰਦ ਸਾਹਿਬ ਫਿਰ ਖੁਸ਼ ਹੋਏ, ਕਹਿੰਦੇ ਸਿੱਖਾ ਅਸੀਂ ਤੇਰੇ ਤੇ ਬੜੇ ਖੁਸ਼ ਹਾਂ, ਹੋਰ ਮੰਗਲਾ ਗੁਰੂ ਨਾਨਕ ਦੀ ਦਰਗਾਹ ਖੁੱਲੀ ਹੈ ਤੇਰੇ ਵਾਸਤੇ? ਕਹਿੰਦਾ ਨਹੀਂ, ਕੁਛ ਨਹੀਂ ਚਾਹੀਦਾ। ਬੋਲੋ ਵਾਹਿਗੁਰੂ। ਜੇ ਸਾਡੇ ਵਰਗਾ ਹੁੰਦਾ ਤਾਂ ਕਹਿਣਾ ਸੀ, ਕੀ ਕਹਿਣਾ ਸੀ ਵਾਲਾ, ਪਲਾਟ ਲੈ ਦਿਓ ਇੱਕ, ਮੁੰਡਾ ਮੇਰਾ ਪੱਕਾ ਕਰਾ ਦਿਓ ਕੈਨੇਡਾ। ਬੋਲੋ ਵਾਹਿਗੁਰੂ। ਮੈਨੂੰ PR ਦਵਾ ਦਿਓ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਉਹਨੇ ਪਤਾ ਕੀ ਕਿਹਾ, ਗੁਰੂ ਸਾਹਿਬ ਨੇ ਕਿਹਾ ਚੱਲ ਤੈਨੂੰ ਫਿਰ ਤੀਸਰੀ ਵਾਰੀ ਪੁੱਛਦੇ ਹਾਂ, ਕੁਛ ਮੰਗ ਲੈ। ਕਹਿੰਦਾ ਸੱਚੀ ਦਿਓਗੇ ਜੋ ਮੈਂ ਮੰਗਾਂਗਾ? ਕਹਿੰਦੇ ਜੋ ਮੰਗੇ ਤੈਨੂੰ ਦਿਆਂਗੇ। ਕਹਿੰਦਾ ਫਿਰ ਇੱਦਾਂ ਕਰੋ, ਇਹਨਾਂ ਅੱਖਾਂ ਨਾਲ ਮੈਂ ਤੁਹਾਨੂੰ ਦੇਖ ਲਿਆ, ਹੁਣ ਮੇਰੀਆਂ ਅੱਖਾਂ ਬੰਦ ਕਰ ਦਿਓ, ਮੈਂ ਇਹਨਾਂ ਨਾਲ ਹੋਰ ਕਿਸੇ ਨੂੰ ਦੇਖਣਾ ਨਹੀਂ ਚਾਹੁੰਦਾ। ਜਿਨ ਪ੍ਰੀਤ ਲਾਈ ਸੋ ਜਾਣਦਾ, ਹਮਰੇ ਮਨ ਚਿਤ ਹਰ ਬਹੁਤ ਪਿਆਰਾ। ਲਿਆਓ ਉਹ ਅੱਖਾਂ, ਬਣਾਓ ਉਹ ਅੱਖਾਂ ਜਿਹੜੀਆਂ ਗੁਰੂ ਤੋਂ ਬਗੈਰ ਕਿਸੇ ਨੂੰ ਹੋਰ ਨੂੰ ਤੱਕਦੀਆਂ ਹੀ ਨਹੀਂ। ਜੇ ਤੱਕਦੀਆਂ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਅੰਨੀਆਂ ਹੋ ਜਾਣਾ। ਕੱਢ ਦਿਓ ਉਹਨਾਂ ਅੱਖਾਂ ਨੂੰ, ਕੀ ਕਰਨਾ ਏ? ਜਿਹੜਾ ਪਰਾਇਆ ਰੂਪ ਦੇਖਦੀਆਂ ਨੇ, ਜਿਹੜਾ ਪਰਾਇਆ ਤਨ ਦੇਖਦੀਆਂ ਨੇ, ਉਹਨਾਂ ਅੱਖਾਂ ਦੀ ਲੋੜ ਨਹੀਂ। ਤੋ ਜਿੰਨੇ ਚਿਰ ਅੱਖਾਂ ਨਹੀਂ ਬਣਾਓਗੇ, ਦਸਵਾਂ ਦੁਆਰ ਨਹੀਂ ਖੁੱਲੇਗਾ। ਜਿੰਨੇ ਚਿਰ ਅੱਖਾਂ ਪਵਿੱਤਰ ਨਹੀਂ ਹੋਣਗੀਆਂ, ਅਣਹਦ ਸ਼ਬਦ ਨਹੀਂ ਵੱਜੇਗਾ। ਜਿੰਨਾ ਮਰਜ਼ੀ ਵਾਹਿਗੁਰੂ ਕਰਦੇ ਰਹੋ, ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ, ਅਨਦਿਨ ਕਰਮ ਕਰੇ ਬਹੁ ਤੇਰੇ, ਸੁਪਨੇ ਸੁੱਖ ਨਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।